Hello everyone. Hope all of you are doing okay. Okay, so I'm just gonna wait for everybody to come and then we'll get started. ਜਿਵੇਂ ਕਿ ਮੈਂ ਤੁਹਾਨੂੰ ਫੇਸਬੁੱਕ ਤੇ ਆਪਣੇ ਪੇਜ ਤੇ ਵੀ ਦੱਸਿਆ ਸੀਗਾ ਕਿ ਅਸੀਂ ਐਡਿਕਸ਼ਨ ਕੋਰਸ ਸਟਾਰਟ ਕਰ ਰਹੇ ਨੇ ਇਸ ਪੇਜ ਤੇ ਜਿਹੜਾ ਕਿ ਥੋੜ੍ਹਾ ਲੰਬੇ ਸਮੇਂ ਤੱਕ ਚੱਲੂਗਾ। ਸਾਡੀ ਕੋਸ਼ਿਸ਼ ਹੈ ਕਿ ਹਫ਼ਤੇ ਦੇ ਵਿੱਚ ਇੱਕ ਕਲਾਸ ਅਸੀਂ ਐਡਿਕਸ਼ਨ ਕੋਰਸ ਦੀ ਕਰਿਆ ਕਰੀਏ ਤਾਂ ਜੋ ਇਸ ਐਡਿਕਸ਼ਨ ਦੇ ਵਿੱਚ ਅਸੀਂ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਦੇ ਵਿੱਚ ਮਦਦ ਕਰ ਸਕੀਏ। ਉਦੋਂ ਪਹਿਲਾਂ ਜਿਹੜਾ ਸਾਡਾ ਐਡਿਕਸ਼ਨ ਕਲਾਸ ਆ ਉਹ ਇੱਕ ਕੰਸਟਰਕਸ਼ਨ ਕੰਪਨੀ ਨੇ ਸਪਾਂਸਰ ਕੀਤੀ ਆ, ਸੋ ਉਹਨਾਂ ਦੀ ਵਜ੍ਹਾ ਕਰਕੇ, ਕੰਸਟਰਕਸ਼ਨ ਕੰਪਨੀ ਦੀ ਵਜ੍ਹਾ ਕਰਕੇ ਅਸੀਂ ਇੱਕ ਐਡਿਕਸ਼ਨ ਕੋਰਸ ਤੁਹਾਡੇ ਲਈ ਲਿਆ ਸਕੇ ਹਾਂ। ਸੋ ਥੈਂਕ ਯੂ ਸੋ ਮੱਚ। ਐਂਡ ਉਹਨਾਂ ਦੀ ਕੰਸਟਰਕਸ਼ਨ ਕੰਪਨੀ ਦਾ ਹੈਗਾ ਜਿਮ ਕੰਸਟਰਕਸ਼ਨ। ਹਾਂਜੀ, ਉਹ ਨਵੇਂ ਘਰ ਬਣਾਉਂਦੇ ਨੇ, ਪੁਰਾਣੇ ਘਰਾਂ ਦੀ ਵੀ ਰੀਮੋਡਲਿੰਗ ਕਰਦੇ ਨੇ। ਕਿਸੇ ਵੀ ਤਰ੍ਹਾਂ ਦੀ ਕਿਚਨ ਡੈਕ, ਕੋਈ ਵੀ ਤਰ੍ਹਾਂ ਦਾ ਤੁਸੀਂ ਘਰ ਦਾ ਕੰਮ, ਚਾਹੇ ਤੁਹਾਡੇ ਪੁਰਾਣੇ ਘਰ ਦੇ ਵਿੱਚ ਕਰਾਉਣਾ, ਚਾਹੇ ਤੁਸੀਂ ਨਵੇਂ ਘਰ ਦੇ ਵਿੱਚ ਕਰਾਉਣਾ, ਉਹ ਸਾਰੀ ਤੁਹਾਨੂੰ ਕਰਕੇ ਦੇਣਗੇ। ਫ੍ਰੀ ਐਸਟੀਮੇਟ ਕਰਨ ਲੈਣ ਵਾਸਤੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 778-861-2051। ਵਾਂਸ ਅਗੇਨ ਦੇਅਰ ਨੰਬਰ ਇਜ਼ 778-861-2051। ਦਿਸ ਇਜ਼ ਜਿਮ ਕੰਸਟਰਕਸ਼ਨ, ਤੁਹਾਡੇ ਲਈ ਐਡਿਕਸ਼ਨ ਕੋਰਸ ਸਪੋਂਸਰ ਕਰ ਰਹੇ ਨੇ। ਸੋ ਥੈਂਕ ਯੂ ਜਿਮ ਕੰਸਟਰਕਸ਼ਨ। ਹਾਂਜੀ, ਸੋ ਅੱਜ ਅਸੀਂ ਗੱਲ ਕਰਾਂਗੇ, ਅੱਜ ਜਿਹੜੀ ਅਸੀਂ ਐਂਡ ਯੂ ਨੋ ਮੈਂ ਪ੍ਰੋਗਰਾਮ ਕਾਫੀ ਚਿਰ ਤੋਂ ਇਹ ਆਫਰ ਕਰਨਾ ਚਾਹੁੰਦੀ ਸੀ, ਔਨਲਾਈਨ, ਸੋਰੀ ਐਮ ਆਊਟ ਆਫ ਵਰਡਸ, ਆਫਰ ਕਰਨਾ ਚਾਹੁੰਦੀ ਸੀ। ਬਿਕਾਜ਼ ਜਿਹੜੀ ਇਸ ਬਿਮਾਰੀ ਦੀ, ਜਿਸ ਐਡਿਕਸ਼ਨ ਬਿਮਾਰੀ ਦੀ ਜਿਹੜੀ ਨੌਲੇਜ ਆ, ਉਹ ਸਾਡੇ ਕਲਚਰ ਅਤੇ ਸਾਡੀ ਕਮਿਊਨਿਟੀ ਦੇ ਵਿੱਚ ਰਾਈਟ ਨੌਲੇਜ ਨਹੀਂ ਹੈਗੀ, ਐਂਡ ਅਸੀਂ ਉਹਨੂੰ ਟੈਕਲ ਵੀ ਕਿਵੇਂ ਕਰਨਾ ਵਾ। ਸੋ ਐਡਿਕਸ਼ਨ ਨੂੰ ਅਸੀਂ ਕਿਸ ਤਰੀਕੇ ਨਾਲ ਵੇਖਦੇ ਹਾਂ, ਐਂਡ ਇਹ ਕੋਰਸ ਉਹਨਾਂ ਵਾਸਤੇ ਨਹੀਂ ਗਾ ਕਿ ਸਿਰਫ ਜਿਹੜੇ ਲੋਕ ਨਸ਼ਾ ਕਰਦੇ ਨੇ, ਇਹ ਕੋਰਸ ਉਹਨਾਂ ਦੀਆਂ ਫੈਮਿਲੀਜ਼ ਵਾਸਤੇ, ਇਹ ਕੋਰਸ ਉਹਨਾਂ ਦੇ ਬੱਚਿਆਂ ਵਾਸਤੇ ਵੀ ਹੋ ਸਕਦਾ, ਇਹ ਕੋਰਸ ਉਹਨਾਂ ਵਾਸਤੇ ਵੀ ਹੋ ਸਕਦਾ ਗਾ। ਚਾਹੇ ਤੁਸੀਂ ਇੱਕ ਕਮਿਊਨਿਟੀ ਦੇ ਵਿੱਚ, ਚਾਹੇ ਤੁਹਾਨੂੰ ਕੋਈ ਵੀ ਨਹੀਂ ਜਾਣਦਾ, ਜਿਹੜਾ ਕੋਈ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ ਹੋਵੇ ਕਿ ਯੂ ਨੋ ਜਿਹੜਾ ਕੋਈ ਐਡਿਕਸ਼ਨ 'ਚ ਆ, ਇਹ ਕੋਰਸ ਅਸੀਂ ਹਰ ਇਨਸਾਨ ਲੈ ਸਕਦਾ। ਬਿਕਾਜ਼ ਕਿਤੇ ਨਾ ਕਿਤੇ ਐਡਿਕਸ਼ਨ, ਜਦੋਂ ਮੈਂ ਐਕਸਪਲੇਨ ਕਰੂੰਗੀ, ਤੁਸੀਂ ਮਹਿਸੂਸ ਕਰੋਗੇ ਸਾਡੇ ਸਾਰਿਆਂ ਦੇ ਵਿੱਚ ਇੱਕ ਐਡਿਕਸ਼ਨ ਹੈ, ਕਿਸੇ ਵੱਖਰੀਆਂ ਵੱਖਰੀਆਂ ਚੀਜ਼ਾਂ ਦੀ ਹੋ ਸਕਦੀ ਆ। ਸੋ ਇੱਕ ਐਡਿਕਸ਼ਨ ਦੇ ਪ੍ਰਤੀ ਆਪਾਂ ਆਪਦਾ ਨਜ਼ਰੀਆ ਬਦਲਣਾ, ਐਂਡ ਉਹ ਨਜ਼ਰੀਆ ਸਿਰਫ ਇੱਕ ਇਨਸਾਨ ਦਾ ਨਹੀਂ, ਦੋ ਇਨਸਾਨ ਦਾ ਨਹੀਂ, ਅਸੀਂ ਹਰ ਸਾਰੇ ਆਪਣੇ ਕਲਚਰ ਦਾ ਨਜ਼ਰੀਆ ਬਦਲਣਾ ਐਡਿਕਸ਼ਨ ਦੁਆਰਾ, ਤਾਂ ਜੋ ਜਦੋਂ ਅਸੀਂ ਕੋਈ ਨਸ਼ਾ ਕਰਦਾ ਜਾਂ ਕੋਈ ਅਲਕੋਹਲ ਪੀਂਦਾ ਜਾਂ ਕਿਸੇ ਵੀ ਤਰੀਕੇ ਦਾ ਨਸ਼ਾ ਕਰਦਾ, ਅਸੀਂ ਉਹਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ, ਅਸੀਂ ਐਜ਼ ਅ ਕਮਿਊਨਿਟੀ, ਐਜ਼ ਅ ਕਲਚਰ ਉਹਦੀ ਕਿਵੇਂ ਉਹਦੀ ਮਦਦ ਕਰ ਸਕਦੇ ਹਾਂ। ਸੋ ਇਹ ਨਾ ਸਮਝੋ ਕਿ ਇਹ ਕੋਰਸ ਸਿਰਫ ਉਹਨਾਂ ਵਾਸਤੇ ਕਿ ਜਿਨ੍ਹਾਂ ਜਿਹੜੇ ਲੋਕ ਨਸ਼ਾ ਕਰਦੇ ਨੇ ਜਾਂ ਜਿਹੜੇ ਲੋਕ ਅਲਕੋਹਲ ਪੀਂਦੇ ਨੇ ਜਾਂ ਜਿਹੜੇ ਲੋਕ ਕਿਸੇ ਹੋਰ ਤਰੀਕੇ ਦਾ ਨਸ਼ਾ ਕਰਦੇ ਨੇ, ਨਹੀਂ, ਇਹ ਕੋਰਸ ਸਾਡੇ ਸਾਰਿਆਂ ਵਾਸਤੇ ਹੋ ਸਕਦਾ, ਇੱਕ ਮਾਨਸਿਕ ਕੋਰਸ ਆ। ਐਂਡ ਇਸ ਕੋਰਸ ਨੂੰ ਸਟਾਰਟ ਕਰਨ ਤੋਂ ਮੈਂ ਪਹਿਲਾਂ ਕਹਿ ਦੇਵਾਂ ਕਿ ਇਸ ਕੋਰਸ ਦੇ ਦੌਰਾਨ ਅਸੀਂ ਬੜੀਆਂ ਡੂੰਘੀਆਂ ਡੂੰਘੀਆਂ ਗੱਲਾਂ ਐਂਡ ਬੜੇ ਡੂੰਘੀਆਂ ਜਗ੍ਹਾ 'ਤੇ ਰਿਸ਼ਤਿਆਂ ਦੇ ਵਿੱਚ ਜਾਵਾਂਗੇ, ਜਿਹੜੀਆਂ ਕਿ ਮੋਸਟ ਆਫ ਦਾ ਟਾਈਮ ਅਸੀਂ ਆਪਦੇ ਘਰਾਂ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਮੰਗਦੇ, ਆਪਦੇ ਪਰਿਵਾਰਾਂ ਦੇ ਵਿੱਚੋਂ ਜਿਹੜੀਆਂ ਡੂੰਘੀਆਂ ਗੱਲਾਂ ਹੁੰਦੀਆਂ ਅਸੀਂ ਨਹੀਂ ਕਰਨਾ ਮੰਗਦੇ, ਸਾਨੂੰ ਲੱਗਦਾ ਕਿ ਉਹ ਢੱਕੀਆਂ ਹੀ ਰਹਿਣ ਤਾਂ ਠੀਕ ਹੈ। ਸੋ ਇਸ ਕੋਰਸ ਦੇ ਵਿੱਚ ਅਸੀਂ ਉਦਾਂ ਦੀਆਂ ਗੱਲਾਂ ਕਰਾਂਗੇ। ਸੋ ਯੂ ਨੋ ਜੇ ਤੁਸੀਂ ਅਨਕੰਫਰਟੇਬਲ ਮਹਿਸੂਸ ਕੀਤਾ ਯੂ ਨੋ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਵੀ, ਤਾਂ ਮੈਂ ਤੁਹਾਨੂੰ ਹਾਈਲੀ ਰੈਕਮੈਂਡ ਕਰੂੰਗੀ ਕਿ ਯੂ ਨੋ ਤੁਸੀਂ ਜੇ ਨਹੀਂ ਵੀ ਚਾਹੁੰਦੇ ਤਾਂ ਤੁਸੀਂ ਨਾ ਵੀ ਕੰਟੀਨਿਊ ਕਰੋ। ਸੋ ਆਪਣੀ ਮਾਨਸਿਕ ਸਿਹਤ ਅਤੇ ਆਪਣੇ ਕਿੰਨੀ ਕੁ ਤੁਹਾਡੀ ਕਪੈਸਿਟੀ ਆ ਇਸ ਇਨਫੋਰਮੇਸ਼ਨ ਲੈਣ ਦੀ, ਉਸ ਨੂੰ ਅਸੈਸ ਕਰਕੇ ਲਿਓ। ਬਾਕੀ ਇਹ ਕੋਰਸ ਕਿਸ ਕੋਈ ਕਾਉਂਸਲਿੰਗ ਥੈਰੇਪੀ ਨੂੰ ਰਿਪਲੇਸ ਨਹੀਂ ਕਰਦਾ ਗਾ। ਜਦੋਂ ਅਸੀਂ ਇਸ ਐਡਿਕਸ਼ਨ ਦੇ ਥਰੂ ਜਾ ਰਹੇ ਹੁੰਦੇ ਹਾਂ, ਤੁਹਾਨੂੰ ਇੱਕ ਕਾਉਂਸਲਰ, ਤੁਹਾਨੂੰ ਇੱਕ ਸਪੋਰਟ ਚਾਹੀਦੀ ਹੁੰਦੀ ਆ। ਸੋ ਮੈਂ ਹਾਈਲੀ ਰੈਕਮੈਂਡ ਕਰੂੰਗੀ ਕਿ ਤੁਸੀਂ ਆਪਣੇ ਲਈ ਇੱਕ ਕਾਉਂਸਲਰ ਵੀ ਲੱਭੋ, ਇੱਕ ਆਪਣੇ ਲਈ ਮੈਂਟਲ ਹੈਲਥ ਵਰਕਰ ਲੱਭੋ, ਚਾਹੇ ਉਹ ਥਰੂ ਡਾਕਟਰ ਦੇ ਥਰੂ ਤੁਹਾਨੂੰ ਪਤਾ ਲੱਗੇ, ਕਿਸੇ ਦੇ ਵੀ ਥਰੂ ਪਤਾ ਲੱਗੇ। ਸੋ ਤੁਸੀਂ ਆਪਣੀ ਇੱਕ ਮਦਦ ਲੱਭੋ, ਕਿਉਂਕਿ ਇਹ ਕੋਰਸ ਦਾ ਮਤਲਬ, ਇਹ ਕੋਰਸ ਦਾ ਲੈਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਾਉਂਸਲਿੰਗ ਥੈਰੇਪੀ ਮਿਲ ਗਈ। ਕਾਉਂਸਲਿੰਗ ਥੈਰੇਪੀ ਵਾਸਤੇ ਤੁਹਾਨੂੰ ਹਜੇ ਵੀ ਬਾਹਰ ਯੂ ਨੋ ਜਾਣਾ ਪੈਣਾ, ਆਪਦੇ ਡਾਕਟਰ ਨੂੰ ਮਿਲਣਾ ਪੈਣਾ, ਆਪਦੇ ਕਾਉਂਸਲਰ ਨੂੰ ਮਿਲਣਾ ਪੈਣਾ ਵਾ। ਸੋ ਜੀ ਹਾਂ, ਸੋ ਇੱਕ ਕੋਰਸ ਆ, ਇਹਦੇ ਨਾਲ ਦਾ ਸਪੋਰਟ ਸਿਸਟਮ ਤੁਸੀਂ ਜ਼ਰੂਰ ਲੱਭੋ, ਕਿਸੇ ਵੀ ਮੈਂਟਲ ਹੈਲਥ ਸੈਂਟਰ ਦੇ ਵਿੱਚ ਜਾ ਕੇ ਆਪਣੇ ਕਾਉਂਸਲਰ ਦੇ ਨਾਲ ਜਿਹੜਾ ਅਸੀਂ ਕੰਮ ਕਰਾਂਗੇ, ਬਿਕਾਜ਼ ਉਹ ਤੁਹਾਡੀ ਇੱਕ ਇੰਡੀਵਿਜੁਅਲ ਮਦਦ ਕਰ ਸਕਣਗੇ। ਜਿਹੜਾ ਅਸੀਂ ਇੱਕ ਜਨਰਲਾਈਜ਼ਡ ਓਵਰਵਿਊ ਕਰਨਾ ਕੋਰਸ ਦਾ, ਮੋਸਟਲੀ ਜਦੋਂ ਲੋਕ ਮੇਰੇ ਨਾਲ ਯੂ ਨੋ ਪਰਸਨਲਾਈਜ਼ ਇੰਡੀਵਿਜੁਅਲ ਕੋਰਸ ਲੈਂਦੇ ਆ, ਤਾਂ ਇੱਥੋਂ ਅਸੀਂ ਥੋੜ੍ਹਾ ਜ਼ਿਆਦਾ ਡੀਟੇਲ ਦੇ ਵਿੱਚ ਜਾਈਦਾ, ਪਰ ਮੇਰੀ ਕੋਸ਼ਿਸ਼ ਰਹੂਗੀ ਕਿ ਜਿਹੜਾ ਕੋਰਸ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਕਿ ਇਹਦੀ ਵੱਧ ਤੋਂ ਵੱਧ ਨੌਲੇਜ ਐਂਡ ਵੱਧ ਤੋਂ ਵੱਧ ਐਕਟੀਵਿਟੀ, ਵੱਧ ਤੋਂ ਵੱਧ ਮਦਦ ਕਰ ਸਕੇ। ਸੋ ਜ਼ਰੂਰੀ ਨਹੀਂ ਕਿ ਇਹ ਕੋਰਸ ਉਹੀ ਲਵੇ ਜੇ ਕੋਈ ਨਸ਼ਾ ਜਾਂ ਕੁਛ ਹੋਰ ਕਰਦਾ, ਜੇ ਤੁਸੀਂ ਉਸ ਪਰਿਵਾਰ ਦਾ ਜੀਆਂ ਜਾਂ ਤੁਸੀਂ ਜਾਣਦੇ ਹੋ, ਕਿਸੇ ਵੀ ਤਰੀਕੇ ਨਾਲ ਤੁਸੀਂ ਵੀ ਲੈ ਸਕਦੇ ਹੋ, ਤੁਸੀਂ ਮਦਦ ਕਰ ਸਕਦੇ ਹੋ। ਹਾਂਜੀ,
ਸੋ ਅਡਿਕਸ਼ਨ ਅਡਿਕਸ਼ਨ ਦਾ ਮਤਲਬ ਕੀ ਆ ਯੂ ਨੋ ਆਪਣੇ ਜਿਵੇਂ ਕਲਚਰ ਦੇ ਵਿੱਚ ਜਿਹੜੀ ਅਡਿਕਸ਼ਨ ਦੀ ਬਿਮਾਰੀ ਆ ਅਸੀਂ ਸੋਚਦੇ ਹਾਂ ਇਹ ਬਿਮਾਰੀ ਤਾਂ ਆਪਦੇ ਆਪਾਂ ਕਿਸੇ ਨੇ ਪਾਲੀ ਵੀ ਆ ਇਹ ਤਾਂ ਕਦੋਂ ਵੀ ਮਰਜ਼ੀ ਹਟ ਜਾਵੇ ਐਂਡ ਸਭ ਤੋਂ ਪਹਿਲਾਂ ਜੇ ਤੁਹਾਨੂੰ ਅਡਿਕਸ਼ਨ ਦੀ ਪ੍ਰੋਬਲਮ ਰਹੀ ਆ ਜਾਂ ਨਸ਼ੇ ਦੀ ਜਾਂ ਅਲਕੋਹਲ ਦੀ ਮੈਂ ਯੂ ਨੋ ਥੈਂਕ ਯੂ ਫਾਰ ਵਾਚਿੰਗ ਐਂਡ ਮੈਂ ਹਮਦਰਦੀ ਪ੍ਰਗਟਾਉਂਦੀ ਹਾਂ ਕਿ ਤੁਸੀਂ ਕਿੰਨੇ ਔਖੇ ਰਾਹ 'ਤੇ ਰਹੇ ਹੋ ਬਿਕਾਜ਼ ਜਦੋਂ ਮੈਂ ਰੋਜ਼ ਆਪਦੇ ਆਫਿਸ ਦੇ ਵਿੱਚ ਇੱਦਾਂ ਦੇ ਲੋਕਾਂ ਨੂੰ ਮਿਲਦੀ ਹਾਂ ਜਿਨ੍ਹਾਂ ਦੀਆਂ ਫੈਮਿਲੀਜ਼ ਆਉਂਦੀਆਂ ਵਾ ਜਿਨ੍ਹਾਂ ਦੇ ਆਪ ਅਡਿਕਸ਼ਨ ਦੇ ਵਿੱਚ ਹੁੰਦੇ ਆ ਇਟਸ ਵੈਰੀ ਸੈਡ ਇੱਕ ਤਾਂ ਜਿਸ ਜੋ ਇਨਸਾਨ ਇਸ ਬਿਮਾਰੀ 'ਚੋਂ ਜਾ ਰਿਹਾ ਹੁੰਦਾ ਉਹਦੇ ਲਈ ਵੀ ਬਹੁਤ ਪੇਨਫੁੱਲ ਹੈ ਜਰਨੀ ਐਂਡ ਜਿਹੜਾ ਉਹਦੇ ਨਾਲ ਪਰਿਵਾਰ ਹੁੰਦਾ ਉਹਦੇ ਲਈ ਵੀ ਬੜੀ ਪੇਨਫੁੱਲ ਹੁੰਦੀ ਹੈ ਜਰਨੀ ਸੋ ਇਹ ਦੋਨਾਂ ਧਿਰਾਂ ਲਈ ਬੜੀ ਪੇਨਫੁੱਲ ਹੁੰਦੀ ਹੈ ਮੈਂ ਹਮਦਰਦੀ ਪ੍ਰਗਟਾਉਂਦੀ ਹਾਂ ਬਿਕਾਜ਼ ਇਹ ਜਿਹੜਾ ਦੁੱਖ ਹੈ ਜਿਹੜੀ ਪੇਨ ਆ ਆਈ ਮੀਨ ਸ਼ਾਇਦ ਹੀ ਜਿਹੜੇ ਸ਼ਾਇਦ ਹੀ ਆਪਾਂ ਇਮੈਜਿਨ ਕਰ ਸਕਦੇ ਵੀ ਕਿੰਨਾ ਦੁੱਖ ਹੋ ਸਕਦਾ ਗਾ ਪਰਿਵਾਰਾਂ ਨੂੰ ਤੇ ਜਿਹੜੇ ਲੋਕ ਇਸ ਥਰੂ ਦੇ ਜਾ ਰਹੇ ਨੇ ਸੋ ਹਾਂਜੀ ਅਡਿਕਸ਼ਨ ਐਂਡ ਅਡਿਕਸ਼ਨ ਦੀ ਮੈਂ ਡੈਫੀਨੇਸ਼ਨ ਦਊਂਗੀ ਐਂਡ ਤੁਸੀਂ ਕਿਤੇ ਨਾ ਕਿਤੇ ਮਹਿਸੂਸ ਕਰਿਓ ਵੀ ਅਸੀਂ ਸਾਰੇ ਕਿਤੇ ਨਾ ਕਿਤੇ ਅਡਿਕਟਡ ਰਹੇ ਹਾਂ ਪਰ ਅਸੀਂ ਵੱਖਰੀਆਂ ਚੀਜ਼ਾਂ ਤੋਂ ਸੋ ਅਡਿਕਸ਼ਨ ਦਾ ਮਤਲਬ ਇਹ ਇੱਕ ਮਾਨਸਿਕ ਤੌਰ 'ਤੇ ਅਡਿਕਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਬਾਹਰਲੀ ਚੀਜ਼ ਦੀ ਵਰਤੋਂ ਕਰਨੀ ਆਪਦੇ ਅੰਦਰ ਦੇ ਵਿੱਚ ਖੁਸ਼ੀ ਪਾਉਣ ਵਾਸਤੇ ਆਪਦੇ ਅੰਦਰ ਨੂੰ ਸ਼ਾਂਤ ਕਰਨ ਵਾਸਤੇ ਐਂਡ ਇਹ ਫਿਰ ਡੈਫੀਨੇਸ਼ਨ ਮੈਂ ਕਹਿੰਦੀ ਧਿਆਨ ਨਾਲ ਸੁਣਿਓ ਕਿ ਬਾਹਰੋਂ ਕੋਈ ਵੀ ਚੀਜ਼ ਕਰਨੀ ਬਾਹਰੋਂ ਕੋਈ ਵੀ ਚੀਜ਼ ਆਪਦੇ ਅੰਦਰ ਲੈਣੀ ਜਾਂ ਆਪਦੇ ਸਰੀਰ ਦੇ ਵਿੱਚ ਪਾਉਣੀ ਤਾਂ ਜੋ ਤੁਹਾਨੂੰ ਅੰਦਰ ਦੇ ਵਿੱਚ ਸ਼ਾਂਤੀ ਮਿਲ ਸਕੇ ਸੋ ਇਹਦਾ ਮਤਲਬ ਕੀ ਹੈ ਕਿ ਉਹ ਇਨਸਾਨ ਪਹਿਲਾਂ ਤਾਂ ਦੁਖੀ ਹੋਣਾ ਚਾਹੀਦਾ ਤਾਂ ਹੀ ਉਹ ਆਪਦੇ ਅੰਦਰ ਉਹ ਚੀਜ਼ਾਂ ਪਾ ਸਕੂ ਨਾ ਕਿਉਂਕਿ ਇਹਦੇ ਅੰਦਰ ਸ਼ਾਂਤੀ ਨਹੀਂ ਹੈਗੀ ਸੋ ਐਂਡ ਇਹ ਅਸੀਂ ਸਾਰੇ ਕਰਦੇ ਹਾਂ ਸ਼ੋਪਿੰਗ ਕੀ ਆ ਜਦੋਂ ਅਸੀਂ ਦੁਖੀ ਹੁੰਦੇ ਸਾਨੂੰ ਲੱਗਦਾ ਸ਼ੋਪਿੰਗ ਸਾਡਾ ਦੁੱਖ ਕਰ ਦੂਗੀ ਜੇ ਅਸੀਂ ਦੁਖੀ ਹੁੰਦੇ ਅਸੀਂ ਖਾਣ ਕੁਛ ਲੱਗ ਜਾਂਦੇ ਹਾਂ ਯੂ ਨੋ ਅਸੀਂ ਕੁਛ ਦੁਖੀ ਹੁੰਦੇ ਅਸੀਂ ਕੁਛ ਹੋਰ ਕਰਦੇ ਹਾਂ ਸੋ ਜਿਹੜਾ ਅਡਿਕਸ਼ਨ ਵਾਲਾ ਜਿਹੜੇ ਲੋਕ ਨਸ਼ਾ ਕਰਦੇ ਆ ਬੇਸਿਕਲੀ ਉਹਨਾਂ ਦੀ ਮਾਨਸਿਕਤਾ ਦੁੱਖ ਦੇ ਵਿੱਚ ਹੁੰਦੀ ਆ ਉਹਨਾਂ ਦੀ ਮਾਨਸਿਕ ਸਥਿਤੀ ਦੁੱਖ ਦੇ ਵਿੱਚ ਹੁੰਦੀ ਆ ਐਂਡ ਉਸ ਦੁੱਖ ਨੂੰ ਮਿਟਾਉਣ ਵਾਸਤੇ ਉਹ ਹੀ ਨਸ਼ਾ ਕਰਦੇ ਨੇ ਜਿਵੇਂ ਕਿ ਯੂ ਨੋ ਜਿਹੜਾ ਜਿਹੜੀ ਖੁਸ਼ੀ ਆ ਉਹ ਤਾਂ ਸਾਨੂੰ ਚਾਹੀਦੀ ਆ ਖੁਸ਼ੀ ਚਾਹੇ ਕੋਈ ਵੀ ਇਨਸਾਨ ਆ ਸਾਨੂੰ ਖੁਸ਼ੀ ਚਾਹੀਦੀ ਆ ਸੋ ਇਹ ਲੋਕ ਵੀ ਖੁਸ਼ੀ ਦੀ ਭਾਲ ਦੇ ਵਿੱਚ ਹੀ ਹੁੰਦੇ ਆ ਪਰ ਹੁੰਦਾ ਹੈ ਕਿ ਅਨਹੈਲਥੀ ਤਰੀਕੇ ਨਾਲ ਸੋ ਇੱਕ ਮਾਨਸਿਕਤਾ ਐਂਡ ਤੁਸੀਂ ਦੇਖੋ ਕਿ ਦੁਖੀ ਮਾਨਸਿਕਤਾ ਕਿੱਥੋਂ ਆਉਂਦੀ ਹੈ ਦੁਖੀ ਮਾਨਸਿਕਤਾ ਸਡਨਲੀ ਕੋਈ ਯੂ ਨੋ 18-19 ਸਾਲ ਦਾ ਹੋ ਗਿਆ ਅਤੇ ਬੰਦਾ ਨਸ਼ੇ ਕਰਨ ਲੱਗ ਗਿਆ ਜਾਂ 14-15 ਸਾਲ ਦਾ ਹੋ ਗਿਆ ਜਾਂ ਨਸ਼ੇ ਕਰਨ ਲੱਗ ਗਿਆ ਇਹ ਕਿਵੇਂ ਕੁਦਰਤੀ ਕਿਵੇਂ ਤੁਹਾਡੀ ਮਾਨਸਿਕਤਾ ਦੁਖੀ ਕੁਦਰਤੀ ਤੁਹਾਡੀ ਜਿਹੜੀ ਮਾਨਸਿਕਤਾ ਉਹ ਕਿਵੇਂ ਦੁਖੀ ਹੋ ਸਕਦੀ ਹੈ ਜੀ ਹਾਂ ਬੜਾ ਵੈਲਿਡ ਕੁਐਸਚਨ ਆ ਸੋ ਬੇਸਿਕਲੀ ਪਹਿਲਾਂ ਇੱਕ ਜਿਹੜਾ ਇੰਡੀਵਿਜੁਅਲ ਇੱਕ ਇਨਸਾਨ ਹੁੰਦਾ ਉਹ ਇੱਕ ਦੁਖੀ ਹੁੰਦਾ ਉਹਦੀ ਮਾਨਸਿਕਤਾ ਦੇ ਵਿੱਚ ਚੈਨ ਅਤੇ ਸ਼ਾਂਤੀ ਨਹੀਂ ਹੁੰਦੀ ਗੀ ਐਂਡ ਯੂ ਨੋ ਇਸ ਅਡਿਕਸ਼ਨ ਇਸ ਨਸ਼ੇ ਜਾਂ ਇਸ ਅਲਕੋਹਲ ਦੇ ਰਾਹੀਂ ਉਹਨੂੰ ਲੱਗਦਾ ਕਿ ਮੈਂ ਆਪਦੇ ਅੰਦਰ ਸ਼ਾਂਤੀ ਪਾ ਸਕਾਂ ਮੈਂ ਆਪਦੇ ਆਪ ਨੂੰ ਠੀਕ ਮਹਿਸੂਸ ਕਰ ਸਕਾਂ ਥੋੜ੍ਹੇ ਵਕਤ ਲਈ ਸੋ ਜਿਵੇਂ ਕਿ ਆਪਾਂ ਸਾਰੇ ਵੱਖਰੇ ਵੱਖਰੀਆਂ ਆਦਤਾਂ ਕਰਦੇ ਹਾਂ ਆਪਦੇ ਅੰਦਰ ਸ਼ਾਂਤੀ ਪਾਉਣ ਵਾਸਤੇ ਸੋ ਹਾਂਜੀ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਵਿੱਚ ਸਾਡੀ ਮਾਨਸਿਕਤਾ 'ਤੇ ਤਣਾਅ ਕ੍ਰੀਏਟ ਕਰਦੀਆਂ ਕਿਹੜੀਆਂ ਕਿਹੜੀਆਂ ਐਂਡ ਕਿਉਂ ਕਰਦੇ ਹਾਂ ਆਈ ਮੀਨ 18-19 ਸਾਲ ਦੇ ਬੱਚੇ ਨੂੰ ਤੁਸੀਂ ਕਹੋ ਕੀ ਦੁੱਖ ਆ 14-15 ਸਾਲ ਦੇ ਬੱਚੇ ਨੂੰ ਕੀ ਦੁੱਖ ਆ ਤੁਸੀਂ ਕਿ ਉਦੋਂ ਤਾਂ ਵਿਆਹ ਵੀ ਨਹੀਂ ਹੋਇਆ ਤਾਂ ਬੱਚੇ ਵੀ ਨਹੀਂ ਹੈਗੇ ਅੱਗੇ ਤਾਂ ਜ਼ਿੰਮੇਵਾਰੀਆਂ ਵੀ ਨਹੀਂ ਪਈਆਂ ਫਿਰ ਕੀ ਦੁੱਖ ਆ ਸੋ ਐਂਡ ਯੂ ਨੋ ਵੀ ਇਹ ਲਾਈਕ ਜੇ ਤਾਂ ਕੋਈ 34-35 ਜਾਂ 50 ਸਾਲ ਦੀ ਉਮਰ ਦੇ ਵਿੱਚ ਆਪਾਂ ਕਹਿੰਦੇ ਸ਼ਾਇਦ ਇਹਨੂੰ ਜ਼ਿੰਮੇਵਾਰੀਆਂ ਬਹੁਤ ਸੀ ਤਾਂ ਇਹ ਦੁਖੀ ਸੀ ਪਰ 18-19 ਸਾਲ ਦਾ 14-15 ਸਾਲ ਦਾ ਇਹ ਬੱਚੇ ਨੂੰ ਕੀ ਦੁੱਖ ਆ ਅੱਜ ਕੱਲ੍ਹ ਮੇਰੇ ਕੋਲ ਬਹੁਤ ਜ਼ਿਆਦਾ ਯੂ ਨੋ ਬੱਚਿਆਂ ਦੇ ਕੇਸ ਆ ਰਹੇ ਜਿੱਥੇ ਸਬਸਟੈਂਸ ਅਬਿਊਜ਼ ਜਿੱਥੇ ਮਾਪਿਆਂ ਨੂੰ ਫਿਕਰ ਆ ਕਿ ਸਾਡੇ ਬੱਚੇ ਨਸ਼ੇ ਵੱਲ ਲੈਣ ਬਹੁਤ ਯੰਗ ਬੱਚੇ ਜਾ ਰਹੇ ਆ ਸੋ ਇਹਦੇ ਵਾਸਤੇ ਸਾਨੂੰ ਆਪਣੀ ਬਚਪਨ ਦੀ ਜਿਹੜੀ ਪ੍ਰਕਿਰਿਆ ਉਹ ਵਾਚ ਕਰਨੀ ਪੈਣੀ ਆ ਵੀ ਸਾਡੇ ਬਚਪਨ ਦੇ ਵਿੱਚ ਕੀ ਹੋਇਆ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਬਚਪਨ ਦੇ ਵਿੱਚ ਜਨਮ ਹੁੰਦਾ ਸਾਡਾ ਸਾਡਾ ਨਰਵਸ ਸਿਸਟਮ ਸਾਡਾ ਬ੍ਰੇਨ ਡਿਵੈਲਪ ਹੋ ਰਿਹਾ ਹੁੰਦਾ ਵਾ ਇਸ ਕਰਕੇ ਅਸੀਂ ਪੇਰੈਂਟਿੰਗ 'ਤੇ ਜ਼ਿਆਦਾ ਐਮਫਸਾਈਜ਼ ਪਾਈਦਾ ਕਿਉਂਕਿ ਇੱਕ ਜਿਹੜੀ ਪੇਰੈਂਟਿੰਗ ਆ ਜਿਹੜੀ ਸ਼ੁਰੂ ਦੇ ਸਾਡੇ ਸਾਲ ਆ ਜਿਹੜਾ ਜਿਹੜੇ ਸ਼ੁਰੂ ਦੇ ਸਾਲਾਂ ਦੇ ਵਿੱਚ ਸਾਡਾ ਦਿਮਾਗ ਵਿਕਸਿਤ ਹੁੰਦਾ ਸਾਡਾ ਦਿਮਾਗ ਡਿਵੈਲਪ ਹੁੰਦਾ ਵਾ ਉਹ ਬੜੇ ਜ਼ਰੂਰੀ ਨੇ ਇਸ ਕਰਕੇ ਅਸੀਂ ਪੇਰੈਂਟਿੰਗ 'ਤੇ ਸਭ ਤੋਂ ਵੱਧ ਫੋਕਸ ਪਾਈਦਾ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਵਾ ਸੋ ਜਦੋਂ ਅਸੀਂ ਬਚਪਨ ਦੇ ਵਿੱਚ ਜਾਵਾਂਗੇ ਸੋ ਬੇਸਿਕਲੀ ਜੇ 17-18 ਸਾਲ ਦਾ ਬੱਚਾ ਨਸ਼ਾ ਕਰ ਰਿਹਾ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਦੁੱਖ ਹੈ ਦੁਖੀ ਦੁੱਖ ਨੂੰ ਆਪਦੇ ਨੂੰ ਸੁੱਖ 'ਚ ਬਦਲਣ ਵਾਸਤੇ ਉਹ ਨਸ਼ਾ ਲੈ ਰਿਹਾ ਵਾ ਆਪਦੀ ਮਾਨਸਿਕਤਾ ਨੂੰ ਸ਼ਾਂਤ ਕਰਨ ਵਾਸਤੇ ਨਸ਼ਾ ਲੈ ਰਿਹਾ ਵਾ ਕੋਈ ਵੀ ਬਾਹਰੋਂ ਚੀਜ਼ ਖਾ ਰਿਹਾ ਵਾ ਜਾਂ ਪੀ ਰਿਹਾ ਵਾ ਜਾਂ ਡਰਿੰਕ ਪੀ ਰਿਹਾ ਵਾ ਸੋ
ਤੁਸੀਂ ਕਹੋ ਕਿ ਇਹ ਨਸ਼ਾ ਇਹ ਮਾਨਸਿਕਤਾ ਦੁਖੀ ਕਿੱਥੋਂ ਆਈ ਸੋ ਜਦੋਂ ਅਸੀਂ ਜਦੋਂ ਅਸੀਂ ਬਚਪਨ ਦੇ ਵਿੱਚ ਜਦੋਂ ਅਸੀਂ ਛੋਟੇ ਛੋਟੇ ਸਾਡਾ ਜਨਮ ਹੁੰਦਾ ਸਾਡੇ ਘਰਾਂ ਦੇ ਵਿੱਚ ਜਨਮ ਹੁੰਦਾ ਸਾਨੂੰ ਇਹ ਅਸੈਸ ਕਰਨਾ ਪੈਣਾ ਕਿ ਸਾਡੇ ਘਰ ਦਾ ਇਨਵਾਇਰਮੈਂਟ ਕਿਹੋ ਜਿਹਾ ਸੀ ਸੋ ਬੱਚੇ 'ਤੇ ਜਿਹੜਾ ਇੱਕ ਮਾਨਸਿਕ ਤਣਾਅ ਆ ਉਹ ਬਹੁਤ ਤਰੀਕਿਆਂ ਨਾਲ ਪੈ ਸਕਦਾ ਮੈਂ ਤੁਹਾਨੂੰ ਦੱਸਦੀ ਕਿਹੜੇ ਕਿਹੜੇ ਤਰੀਕੇ ਨਾਲ ਉਹਨੂੰ ਅਸੀਂ ਕਹਿੰਦੇ ਚਾਈਲਡਹੁੱਡ ਟਰਾਮਾ ਮਤਲਬ ਵੀ ਬਚਪਨ ਦੇ ਵਿੱਚ ਸਾਡੇ ਦਿਮਾਗ 'ਤੇ ਤਣਾਅ ਪਾਇਆ ਗਿਆ ਜੋ ਅਸੀਂ ਹੈਂਡਲ ਕਰਨ ਦੇ ਕਾਬਿਲ ਨਹੀਂ ਸੀਗੇ ਜਿਵੇਂ ਤੁਸੀਂ ਵਲਨਰੇਬਲ ਬੱਚੇ ਤੁਸੀਂ ਛੋਟੇ ਛੋਟੇ ਬੱਚੇ ਦੇਖ ਲਓ ਸੋ ਇੱਕ ਤਾਂ ਰੀਜ਼ਨ ਉਸ ਇਨਵਾਇਰਮੈਂਟ ਦਾ ਐਂਡ ਇਟ ਬੇਸਿਕਲੀ ਜਿਹੜੇ ਲੋਕ ਨਸ਼ਾ ਕਰਦੇ ਕਿ ਚਾਈਲਡਹੁੱਡ ਟਰਾਮਾ ਇਹਨਾਂ ਦੇ ਬਚਪਨ ਦੇ ਵਿੱਚ ਬੜਾ ਤਣਾਅ ਰਿਹਾ ਹੁੰਦਾ ਵਾ ਐਂਡ ਕਈ ਵਾਰ ਆਪਾਂ ਨੂੰ ਮੂਹਰੋਂ ਘਰਾਂ 'ਚੋਂ ਵੇਖਣ ਨੂੰ ਲੱਗਦਾ ਕਿ ਤਣਾਅ ਤਾਂ ਇਹਨਾਂ ਕੋਲ ਪੈਸਾ ਵੀ ਸੀ ਇਹਨਾਂ ਕੋਲ ਹਰ ਚੀਜ਼ ਸੀ ਇਹਨਾਂ ਕੋਲ ਕੀ ਤਣਾਅ ਪਰ ਉਸ ਜੇ ਤੁਸੀਂ ਇਸ ਐਡਿਕਸ਼ਨ ਤੋਂ ਦੇ ਵਿੱਚੋਂ ਜਾਂ ਤੁਸੀਂ ਉਹਨਾਂ ਦੇ ਪਰਿਵਾਰੋਂ ਤੁਸੀਂ ਇਸ ਚੀਜ਼ ਨੂੰ ਜਾਣੋ ਇਸ ਚੀਜ਼ ਨੂੰ ਥੋੜ੍ਹਾ ਜਾਂਚ ਕਰਨ ਦੀ ਕੋਸ਼ਿਸ਼ ਕਰੋ ਕਿ ਮੇਰੇ ਬਚਪਨ ਦੇ ਵਿੱਚ ਕੀ ਹੋਇਆ ਮੇਰੇ ਬਚਪਨ ਦੇ ਵਿੱਚ ਇਨਵਾਇਰਮੈਂਟ ਕਿਹੋ ਜਿਹਾ ਸੀ ਐਂਡ ਇਹ ਚੀਜ਼ ਦਾ ਤੁਹਾਨੂੰ ਪਤਾ ਲੱਗ ਜੂ ਸ਼ਾਇਦ ਤੁਸੀਂ ਛੋਟੇ 2 ਸਾਲ ਦੇ ਨਾ ਤੁਹਾਨੂੰ ਯਾਦ ਹੋਵੇ ਚਾਹੇ 3 ਸਾਲ ਦੇ ਨਾ ਤੁਹਾਨੂੰ ਯਾਦ ਹੋਵੇ ਪਰ ਤੁਹਾਡੇ ਅੰਦਰਲੇ ਨਰਵਸ ਸਿਸਟਮ ਨੂੰ ਯਾਦ ਆ ਬਿਕਾਜ਼ ਜਦੋਂ 4 ਦਿਨਾਂ ਦੇ ਬੱਚਾ ਦਾ ਨਰਵਸ ਸਿਸਟਮ ਆ ਨਾ ਅਤੇ ਜਦੋਂ ਉਹ ਡਰਦਾ ਵਾ ਜਦੋਂ ਮਾਂ ਡਰਦੀ ਹੈ ਅਤੇ ਉਹਦਾ ਨਰਵਸ ਸਿਸਟਮ ਅੰਦਰੋਂ ਡਰ ਜਾਂਦਾ ਸੋ ਉਹਦਾ ਨਰਵਸ ਸਿਸਟਮ ਯਾਦ ਰੱਖਦਾ ਵਾ ਉਹਦਾ ਨਰਵਸ ਸਿਸਟਮ ਉਹ ਤਣਾਅ ਯਾਦ ਰੱਖਦਾ ਸ਼ਾਇਦ ਤੁਹਾਨੂੰ ਅੱਜ ਅੱਜ ਤੋਂ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਮੈਂ 2-3 ਸਾਲਾਂ ਦੇ ਮੈਨੂੰ ਕਦੋਂ ਡਰ ਲੱਗਿਆ ਸੀਗਾ ਪਰ ਤੁਹਾਡੇ ਨਰਵਸ ਸਿਸਟਮ ਨੂੰ ਯਾਦ ਆ ਤੁਹਾਡੇ ਮਾਨਸਿਕਤਾ ਨੂੰ ਯਾਦ ਆ ਤਾਂ ਉਹ ਸਬਕੌਂਸ਼ੀਅਸ ਦੇ ਵਿੱਚ ਸਟੋਰ ਕੀਤਾ ਪਿਆ ਸੋ ਜਦੋਂ ਜਦੋਂ ਬਚਪਨ ਦੇ ਵਿੱਚ ਤੁਹਾਡਾ ਨਰਵਸ ਸਿਸਟਮ ਤਹਿਕਿਆ ਜਦੋਂ ਜਦੋਂ ਤੁਹਾਡਾ ਬਚਪਨ ਦੇ ਵਿੱਚ ਨਰਵਸ ਸਿਸਟਮ ਡਰਿਆ ਉਹਨੇ ਉਹ ਮੈਮਰੀ ਸਾਰੀ ਸਟੋਰ ਕੀਤੀ ਵੀ ਆ ਇਸ ਕਰਕੇ ਤਾਂ ਤੁਹਾਨੂੰ ਆਪਾਂ ਨੂੰ ਪਤਾ ਨਹੀਂ ਲੱਗਦਾ ਕਈ ਚੀਜ਼ਾਂ ਤੁਹਾਨੂੰ ਡਰ ਲੱਗਦਾ ਕਈ ਅਸੀਂ ਮਾੜੀ ਜਿਹੀ ਗੱਲ 'ਤੇ ਗੁੱਸੇ ਹੋ ਜਾਂਦੇ ਮਾੜੀ ਜਿਹੀ ਗੱਲ 'ਤੇ ਸਾਨੂੰ ਤਣਾਅ ਆ ਜਾਂਦਾ ਵਾ ਉਹ ਕਿਤੇ ਨਾ ਕਿਤੇ ਸਾਡੇ ਨਰਵਸ ਸਿਸਟਮ ਦੇ ਵਿੱਚ ਤਣਾਅ ਪਏ ਨੇ ਐਂਡ ਉਹ ਬਚਪਨ ਦੇ ਵਿੱਚ ਸਾਡੇ ਐਕਸਪੀਰੀਅੰਸਿਸ ਜਿਹੜੇ ਹੋਏ ਵੇ ਨੇ ਸੋ ਫੋਰ ਐਗਜ਼ਾਮਪਲ ਕਿਹੜੇ ਕਿਹੜੇ ਤਰੀਕੇ ਨਾਲ ਇੱਕ ਤਾਂ ਇਹ ਹੋ ਸਕਦਾ ਵਾ ਕਿ ਸਾਡੇ ਮਾਂ ਬਾਪ ਬੜੇ ਸਟ੍ਰੈਸਫੁਲ ਸੀ ਸਾਡੇ ਮਾਂ ਬਾਪ 'ਤੇ ਤਣਾਅ ਬੜਾ ਸੀ ਐਂਡ ਜਿਹੜਾ ਕਿ ਅੱਜ ਦੇ ਕਲਚਰ 'ਚ ਬਹੁਤ ਤਣਾਅ ਵਾ ਅੱਜ ਤਾਂ ਆਪਣੇ ਕੋਲ ਬਾਹਰਲੀ ਹਰ ਮੁੱਢਲੀ ਚੀਜ਼ ਜ਼ਰੂਰਤ ਆ ਪਰ ਸਾਡੇ ਜਿਹੜੇ ਜਦੋਂ ਅਸੀਂ ਪੇਰੈਂਟਿੰਗ ਦੀ ਵੀ ਗੱਲ ਕਰਦੇ ਹਾਂ ਅੱਜ ਸਾਡੇ ਮਾਂ ਬਾਪ ਅੱਗੇ ਨਾਲੋਂ ਵੱਧ ਸਟ੍ਰੈਸਫੁਲ ਨਾ ਸਟ੍ਰੈਸਫੁਲ ਆ ਉਹ ਜਿਹੜੀ ਪੇਰੈਂਟਿੰਗ ਕਿਉਂਕਿ ਕਲਚਰ ਸਟ੍ਰੈਸ 'ਚ ਆ ਕਲਚਰ ਕਹਿੰਦਾ ਜ਼ਿਆਦਾ 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 ਕੁਛ ਹੋ ਐਂਡ ਮਾਂ ਬਾਪ ਤਣਾਅ ਦੇ ਵਿੱਚ ਆਏ ਮਾਂ ਬਾਪ ਇੰਨੇ ਇੰਨੇ ਘੰਟੇ ਕੰਮ ਕਰਦੇ ਆਪਣੇ ਬੱਚਿਆਂ ਦੇ ਨਾਲ ਘੱਟ ਟਾਈਮ ਸਪੈਂਡ ਕਰਦੇ ਆ ਸੋ ਬਹੁਤ ਤਣਾਅ ਆ ਸੋ ਮਾਂ ਬਾਪ ਤਣਾਅ ਦੇ ਵਿੱਚ ਹੋਣਾ ਬੱਚੇ ਦੇ ਨਰਵਸ ਸਿਸਟਮ 'ਤੇ ਭਾਰੀ ਆ ਬੱਚੇ ਦਾ ਉਹ ਇਨਵਾਇਰਮੈਂਟ ਦੇ ਵਿੱਚ ਬੱਚਾ ਤਣਾਅ ਨੂੰ ਸੋਕ ਕਰਦਾ ਵਾ ਉਹਦਾ ਨਰਵਸ ਸਿਸਟਮ ਤਣਾਅ ਨੂੰ ਸੋਕ ਕਰਦਾ ਸੋ ਉਹਦੀ ਮਾਨਸਿਕਤਾ ਦੇ ਵਿੱਚ ਐਡ ਹੋ ਹੀ ਜਾਂਦਾ ਵਾ ਦੂਸਰਾ ਤੁਹਾਡਾ ਬੱਚਾ ਨਿਗਲੈਕਟ ਤੁਹਾਡਾ ਬੱਚਾ ਇਗਨੋਰ ਫੀਲ ਕੀਤਾ ਐਂਡ ਫੋਰ ਐਗਜ਼ਾਮਪਲ ਜਦੋਂ ਕਈ ਵਾਰ ਇੰਡੀਆ ਦੇ ਵਿੱਚ ਜਾਂ ਇੱਥੇ ਵੀ ਤੁਸੀਂ ਆਪਣੇ ਬੱਚੇ ਨੂੰ ਧਿਆਨ ਨਹੀਂ ਦੇ ਸਕੇ ਤੁਸੀਂ ਬਿਜ਼ੀ ਹੋ ਬਹੁਤ ਸੀਗੇ ਤੁਸੀਂ ਉਹਦੇ ਨਾਲ ਜਿਹੜਾ 1-on-1 ਟਾਈਮ ਬਿਕਾਜ਼ ਜਿਹੜੇ ਬੱਚੇ ਦਾ ਮਾਨਸਿਕ 'ਚ ਖੁਸ਼ੀ ਉਦੋਂ ਵੱਧਦੀ ਹੈ ਜਦੋਂ ਉਹਨੂੰ ਜਿਹੜੇ ਅਡਲਟ ਆ ਲੋਕ ਬੱਚੇ ਨੂੰ ਉਹਨੂੰ ਇਮੋਸ਼ਨਲ ਟੱਚ ਦੇਣ ਉਹਨੂੰ ਚੱਕਣ ਉਹਦੇ ਨਾਲ ਗੱਲਾਂ ਕਰਨ ਉਹਨਾਂ ਦੇ ਅੱਖਾਂ ਨਾਲ ਅੱਖਾਂ ਤੁਸੀਂ ਦੇਖੋ ਕਿ ਬੱਚਾ ਅੱਖਾਂ ਨਾਲ ਰਿਸਪੋਂਡ ਕਰਦਾ ਵਾ ਉਹ ਚਾਹੁੰਦਾ ਵਾ ਮੈਨੂੰ ਇਹੋ ਜਿਹੇ ਐਕਸਪੀਰੀਅੰਸਿਸ ਮਿਲਣ ਪਰ ਹੁੰਦਾ ਕਿ ਉਹ ਵੱਧ ਐਕਸਪੀਰੀਅੰਸਿਸ ਸਾਨੂੰ ਸ਼ਾਇਦ ਮਿਲੇ ਆ ਥੋੜ੍ਹੇ ਬਹੁਤੇ ਸਾਨੂੰ ਜ਼ਰੂਰ ਮਿਲੇ ਆ ਪਰ ਉਹ ਐਕਸਪੀਰੀਅੰਸਿਸ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਮਿਲੇਗੇ ਤਾਂ ਜੋ ਸਾਡੇ ਦਿਮਾਗ ਦਾ ਤਣਾਅ ਘੱਟ ਹੋ ਜਾਵੇ ਸੋ ਸੈਕਿੰਡ ਚਾਈਲਡ ਨਿਗਲੈਕਟ ਮਤਲਬ ਕਿ ਸਾਨੂੰ ਬਚਪਨ ਦੇ ਵਿੱਚ ਇੰਨਾ ਅਟੈਂਸ਼ਨ ਨਹੀਂ ਦਿੱਤੀ ਗਈ ਸਾਨੂੰ ਠੀਕ ਆ ਸਾਡੇ ਸਰੀਰਕ ਲੋੜਾਂ ਪੂਰੀਆਂ ਕੀਤੀਆਂ ਸਾਨੂੰ ਦੁੱਧ ਦਿੱਤਾ ਗਿਆ ਸਾਨੂੰ ਖਾਣ ਨੂੰ ਦਿੱਤਾ ਗਿਆ ਸਾਡੇ ਕੱਪੜੇ ਚੇਂਜ ਕੀਤੇ ਗਏ ਸਾਨੂੰ ਨਿਮਾਇਆ ਗਿਆ ਸਾਡਾ ਡਾਈਪਰ ਚੇਂਜ ਕੀਤਾ ਹਰ ਚੀਜ਼ ਉਹ ਕੀਤੀ ਗਈ ਪਰ ਇੱਕ ਮਾਨਸਿਕ ਜਿਹੜਾ ਇਮੋਸ਼ਨਲ ਕਿਉਂਕਿ ਜਿਹੜੇ ਬੱਚੇ ਉਹ ਵਲਨਰੇਬਲ ਆ ਉਹ 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 ਭਾਵੁਕ ਕਨੈਕਸ਼ਨ ਚਾਹੁੰਦੇ ਆ ਉਹ ਭਾਵਿਕ ਐਂਡ ਕਈ ਵਾਰ ਮਾਪਿਆਂ ਕੋਲ ਟਾਈਮ ਨਹੀਂ ਹੁੰਦਾ ਗਾ ਇਹ ਭਾਵੁਕ ਕਨੈਕਸ਼ਨ ਦੇਣ ਦਾ ਫੋਰ ਬਹੁਤ ਸਾਰੀਆਂ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਥਰਡ ਮਾਪੇ ਨੂੰ ਮਾਨਸਿਕ ਬਿਮਾਰੀ ਹੋਵੇ ਜਾਂ ਮਾਪੇ ਨੂੰ ਸਰੀਰਕ ਬਿਮਾਰੀ ਹੋ ਸਕਦੀ ਇਹਦੇ ਨਾਲ ਵੀ ਬੱਚੇ ਨੂੰ ਬੱਚੇ ਦੇ ਕਿਉਂਕਿ ਜਦੋਂ ਮਾਪਾ ਸਰੀਰਕ ਤੌਰ 'ਤੇ ਬਿਮਾਰ ਹੋ ਉਹਦੇ ਬੱਚੇ ਲਈ ਘੱਟ ਅਵੇਲੇਬਲ ਰਹਿੰਦਾ ਵਾ ਐਂਡ ਜਦੋਂ ਮਾਪਾ ਇੱਕ ਮਾਨਸਿਕ ਬਿਮਾਰੀ 'ਚੋਂ ਵੀ ਗੁਜ਼ਰ ਰਿਹਾ ਤਾਂ ਵੀ ਉਹ ਆਪਣੇ ਬੱਚੇ ਲਈ ਘੱਟ ਅਵੇਲੇਬਲ ਰਹਿੰਦਾ ਵਾ ਤੀਸਰਾ ਇੱਕ ਵਰਬਲ ਅਬਿਊਜ਼ ਜਾਂ ਫਿਜ਼ੀਕਲ ਅਬਿਊਜ਼ ਤੁਸੀਂ ਆਪਦੇ ਘਰ ਦੇ ਵਿੱਚ ਕੁੱਟ ਵੇਖੀ ਹੋਵੇ ਮਾਂ ਬਾਪ ਦੇ ਵਿੱਚ ਕੁੱਟ ਵੇਖੀ ਹੋਵੇ ਮਾਂ ਬਾਪ ਦੇ ਵਿੱਚ ਸ਼ਬਦਾਂ ਦਾ ਤਣਾਅ ਦੇਖਿਆ ਹੋਵੇ ਮਾਂ ਬਾਪ ਦੇ ਵਿੱਚ ਬੋਲਾਂ ਦੀ ਲੜਾਈ ਦੇਖੀ ਹੋਵੇ ਸ਼ਬਦਾਂ ਦੀ ਲੜਾਈ ਦੇਖੀ ਹੋਵੇ ਉਹ ਇੱਕ ਕਿਉਂਕਿ ਉਹ ਤਣਾਅ ਦਾ ਮਾਹੌਲ ਬਣਦਾ ਸੋ ਜਿਹੜੀ ਜਿਹੜੀ ਚੀਜ਼ ਤਣਾਅ ਦੇ ਵਿੱਚ ਕ੍ਰੀਏਟ ਕਰਦੀ ਹੈ
एंड कोई नेचुरल डिजास्टर हो सकता वा, फॉर एग्जाम्पल कोई भी कोई स्टॉर्म आ जाए, कोई भी सिचुएशन, कोई नेचुरल कुदरती तौर पर जो थोड़े हाथ वस नहीं सी चीज़ा। सो ये नहीं कि चाइल्डहुड ट्रामा इवें कि माँ बाप कुछ करते, नहीं, ये कई कुदरती सिचुएशनस भी होंगे एंड माँ बाप भी जोड़े करते उस टाइम कर रहे थे, उन वो भी इस चीज़ तो अनजाण से। फॉर एग्जाम्पल एक मापा शरीरक तौर पर ठीक ना होना, आई मीन कुदरती तौर पर बच्चा ट्रामा बच्चे तनाव महसूस कर सकता, पर मापा वो बारे कुछ कर नहीं सकता। सो जरूरी नहीं कि आप इस ब्लेम करना वा कि वो मेरे मापे ने इदा नहीं किया, नहीं, आप सिचुएशन को देखना वा भी मेरे 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 घर के केव जी हल हल सिचुएशन सी। हाँ जी, सो नैचुरल डिजास्टर आ सकता, कुदरती तौर पर कोई चीज़ आ सकदियाँ, बाकी थोड़े घर के भी कोई एव जी कोपिंग स्किल शराब ना आपके आप का दुख हल करता हो, बिकॉज मकसद है जो अडिक्शन जो असी नशा वाले जी बीमारी है, एक मानसिक बीमारी है नो, एंड इस बीमारी को बीमारी की तरह मनो। नॉर्मली जो कई बार फैमिलीज आदि जिमें आप लत टुटी बीमारी मानते हैं, जिमें आप कितने अपनी होर सट लगी बीमारी मानते हैं, इनू भी एक बीमारी मनो, एंड ये सौखी जी नहीं गी, एक मानसिक बीमारी में जरूर कई फैमिली फ्रस्ट्रेटेड हो जाएं वा। बिकॉज मैं गाँह गल करूँगी कि जो फैमिलीज वो इस बीमारी को किमें रिजॉल्व करने की कोशिश कर दी। सो हाँ जी, सो एक मापे की डैथ हो सकती है, भी बच्चे ट्रामा हो सकता वा, या कोपिंग स्किल थोड़े घर के कोई होर इंसान या थोड़ा जिहड़ा थोड़े कोले आउंदा जांदा होवे वो नशा करता होवे, वो अल्कोहल लैंदा होवे, वो किसे, सो बेसिकली वो जिहड़ी अडिक्शन है या कोई चीज़ खा के आपदे आप नूं आराम देने की कोशिश करता होवे। एंड हुंदा कि इन्हां सारियां सिचुएशन दे विच जिवें आपां देखिया कि फिर तुसीं कहो कि ये तो साढ़े सारे नाल हुईआं हुईआं, जी हाँ, ये कितने ना कितने असीं किसी ना किसी कैटेगरी च तो इत्थे आउणा ही आ, होर नहीं कैटेगरी च आवांगे निगलैक्ट। सो आ साडा जिहड़ा तनाव आ बचपन दे विच ना दो तरीके नाल आ सकदा वा, एक तो असीं तनाव देखिया होवे, एक तो बहुत ज़्यादा तनाव इनवायरमेंट दे होवे, दूजा सानू खुशी ना साडे सा जिहड़ी जिहड़ा सानू वैलिडेशन है जिहड़ी साडे मापे ने साडे नाल अक्खां राहीं गल्लबात करनी सी वो ना हो सकी होवे। सो दोनों तरीके ने, एक पासे तां तनाव ही सीगा, दूसरे पासे खुशी वाला टाइम नहीं दिता गया, चाहे जो कोई लड़ाई नहीं सी, तनाव नहीं सी, पर उत्थे उत्थे खुशी वाला माहौल भी नहीं सी, एक बच्चे नूं टाइम ही नहीं दिता गया, सो निगलैक्ट होया गया। एंड बहुत कई कल्चर के विच सैक्सुअल अब्यूज़, फिजिकल अब्यूज़ भी बच्चों के हुंदा रहा, सो ये भी ट्रॉमा तनाव करता। पर कितने ना कितने असी सारे ही इस कैटेगरी दे विच फॉल होंगे, कोई ही होगा जिहड़ा इन्हां कैटेगरी दे विच नहीं आया होगा। सो पहला तो जे तुहानूं एडिक्शन की प्रॉब्लम है, तुसीं ये जाके देखो या तुहाडे रिश्तेदार नूं ये जाके देखो या तुहाडे भैण भरा नूं कि साडे घर दे विच की होया, फिर तुसीं कहो कि कई लोग तो वधिया निकले, साडे नाल भी सारा कुछ होया, असीं तां नहीं ड्रिंक करन लगे, असीं तां नहीं ड्रग लैन लगे, असीं तां नहीं अल्कोहल लैन लगे, फिर असीं। सो हुंदा की है कि बचपन दे विच जिहड़े कई बच्चे वो बड़े सेंसिटिव बॉर्न हुंदे आ, वो इस तनाव नूं झल नहीं सकते, कई बच्चे झल भी सकते हुंदे तनाव नूं, पर कई लोग जिहड़े बहुत ज़्यादा सेंसिटिव हुंदे आ एंड वो इस तनाव नूं झल नहीं सकते। इस करके तुसीं आम देखिया होगा कई बार दो भैण भरा होणगे, उन्हां ने सेम तनाव महसूस किया होगा, एक ने एक थोड़ा फंक्शनल आपकी लाइफ के ठीक हो गया, ऐ नहीं भी उन्होंने इंपैक्ट नहीं पिया, इंपैक्ट उन्होंने भी पिया, पर जिहड़ा एक वो ज़्यादा अडिक्शन के आ गया हो, ज़्यादा ड्रिंक करन लग गया हो या सबसटेंस अब्यूज करने लग गया हो, तुसीं कहो दो बच्चे तो सेम ही घर दे विच हुंदे सीगे, जी हाँ, पर एक बच्चे की जिहड़ी सेंसिटिविटी सी वो बहुत ज़्यादा सी एंड इस करके वो तो एक कोप नहीं होया, वो तो तनाव आपके शरीर ते वो तो हैंडल नहीं कर पाया। सो हुण तां कि ये सारे जिहड़े तनाव जिहड़े मैं तुहानूं कहा बचपन दे विच साडे नाल हुंदे आ, ये साडे नर्वस सिस्टम दे विच जमा हो जांदे आ एंड जदों ये साडे नर्वस सिस्टम दे विच जमा हो जांदे आ फिर ये सारी जिंदगी साडे नाल रहिंदे आ। हुण भी कई इसे करके साडा जिहड़ा बचपन दी प्रक्रिया वो बड़ी जरूरी आ, बिकॉज असी जदों नर्वस सिस्टम दे विच बच्चे दे विच तनाव पाता फिर वो सारी उम्र के उदो तनाव रहना एंड तनाव निकल सकता, फिर उन्होंने काउंसलिंग लेनी पेगी, फिर उन्होंने प्रोग्राम लेने पैणगे, फिर उन्होंने मानसिक आपकी एक जर्नी करनी पेगी ताजो तनाव कढ़ सके। सो इस सारिया सिचुएशन के साडा जिहड़ा इनवायरमेंट आ तनाव वाला वा एंड तुसीं आपदे आप पुछो कि मैं किहड़े तनाव तो शिकार होया, मेरी मानसिकता किहड़े तनाव तो शिकार हुई आ। हुंदा की आ कि जदों बच्चा इहो जिहे हालातों के
ਉਹਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਪਲਦਾ ਵਾ, ਉਹਦੀ ਜਿਹੜੇ ਦਿਮਾਗ ਦੀ ਜਿਹੜੀ ਮਾਨਸਿਕਤਾ ਵਾ ਉਹਦੇ ਵਿੱਚ ਗਿਲਟ ਆ ਜਾਂਦੀ, ਉਹਦੇ ਵਿੱਚ ਸ਼ਰਮ ਆ ਜਾਂਦੀ ਆ, ਉਹਦੇ ਵਿੱਚ ਡਰ ਆ ਜਾਂਦਾ ਵਾ, ਉਹਦੇ ਵਿੱਚ ਪੇਨ ਆ ਜਾਂਦੀ, ਉਹਦੇ ਵਿੱਚ ਗੁੱਸਾ ਆ ਜਾਂਦਾ। ਸੋ ਇਹ ਬਿਕਾਜ਼ ਨਰਵਸ ਸਿਸਟਮ ਜੇ ਤਣਾਅ ਤੁਹਾਡਾ ਸਟੋਰ ਕਰ ਰਿਹਾ, ਉਹ ਕਿਤੇ ਨਾ ਕਿਤੇ ਭਾਵਕ ਐਕਸਪੀਰੀਅੰਸ ਸਟੋਰ ਕਰ ਰਿਹਾ ਹੈ ਨਾ ਮਾਨਸਿਕ। ਸੋ ਫੋਰ ਐਗਜ਼ਾਮਪਲ ਜੇ ਇੱਕ 17-18 ਸਾਲ ਦਾ ਬੱਚਾ ਹੋ ਗਿਆ, ਇਹਨਾਂ ਉਹਦੇ ਦਿਮਾਗ ਦੇ ਵਿੱਚ ਹਰ ਵੇਲੇ ਡਰ ਆ, ਮਾਨਸਿਕ ਬਿਮਾਰੀ ਆ, ਹਰ ਵੇਲੇ ਉਹਦੇ ਦਿਮਾਗ ਦੇ ਵਿੱਚ ਗੁੱਸਾ ਵਾ, ਹਰ ਵੇਲੇ ਉਹਦੇ ਦਿਮਾਗ ਦੇ ਵਿੱਚ ਐਂਗਰ ਆ, ਹਰ ਵੇਲੇ ਉਹਨੂੰ ਸ਼ਰਮ ਮਹਿਸੂਸ ਹੁੰਦੀ ਆ। ਸੋ ਜੇ ਤੁਸੀਂ ਦੇਖੋ ਐਂਡ ਜਦੋਂ ਇਹੋ ਜਿਹੀ ਮਾਨਸਿਕਤਾ ਬਣ ਜਾਵੇ, ਕਈ ਲੋਕ ਜਿਹੜੇ ਇੱਦਾਂ ਦੇ ਹੁੰਦੇ, ਜਦੋਂ ਉਹਨਾਂ ਦੀ ਇਹੋ ਜਿਹੀ ਮਾਨਸਿਕਤਾ ਬਣ ਜਾਵੇ, ਫਿਰ ਉਹ ਇਸ ਜਿਹੀ ਮਾਨਸਿਕਤਾ ਨੂੰ ਕਿਸੇ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਐਂਡ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਅਡਿਕਸ਼ਨ, ਇਹਦਾ ਮਤਲਬ ਕਿ ਮੈਂ ਕੋਈ ਬਾਹਰੋਂ ਚੀਜ਼ ਖਾਊਂਗਾ ਜਿਹੜੀ ਮੇਰੀ ਅੰਦਰਲੀ ਜਿਹੜੀ ਮਾਨਸਿਕਤਾ ਉਹ ਠੀਕ ਕਰੂ, ਮੈਨੂੰ ਰਾਹਤ ਕਰੂੰਗੀ। ਐਂਡ ਇਹ ਸਾਰੇ ਕਿਤੇ ਨਾ ਕਿਤੇ ਆਪਾਂ ਸਾਰੇ ਆਦਤਾਂ ਆਪਣੇ 'ਚ ਹੈਗੀਆਂ। ਜਦੋਂ ਆਪਾਂ ਬਾਹਰੋਂ ਫੋਰ ਐਗਜ਼ਾਮਪਲ ਕੁਛ ਬਾਹਰ ਸ਼ੂਗਰ ਖਾ ਕੇ ਮਿੱਠਾ ਖਾ ਕੇ ਸਾਨੂੰ ਖੁਸ਼ੀ ਮਿਲਦੀ ਹੈ, ਕਿ ਜੇ ਅੰਦਰੋਂ ਦੁਖੀ ਹੋਵਾਂਗੇ ਫੇਰ ਹੀ ਤਾਂ ਆਪਾਂ ਬਾਹਰੋਂ ਖੁਸ਼ੀ ਲੱਭਾਂਗੇ, ਫੇਰ ਹੀ ਤਾਂ ਆਪਾਂ ਨੂੰ ਫੇਰ ਹੀ ਆਪਾਂ ਯੂਨੋ ਬਾਹਲਾ ਮਿੱਠਾ ਖਾਵਾਂਗੇ, ਫੇਰ ਹੀ ਆਪਾਂ ਬਾਹਲੀ ਸ਼ੋਪਿੰਗ ਕਰਾਂਗੇ, ਫੇਰ ਹੀ ਆਪਾਂ ਬਾਹਲਾ ਖਰਚਾ ਕਰਾਂਗੇ, ਕਿਉਂਕਿ ਅੰਦਰ ਦੀ ਦੁੱਖ ਨੂੰ ਮਿਟਾਉਣ ਵਾਸਤੇ ਬਾਹਰ ਨੂੰ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਟੈਂਪਰੇਰੀ ਆ। ਸੋ ਹੁਣ ਮੈਨੂੰ ਆਈ ਹੋਪ ਕਿ ਉਹ ਤੁਹਾਨੂੰ ਸੈਂਸ ਬਣ ਗਿਆ ਹੋਊਗਾ ਕਿ ਇਹ ਜਿਹੜੀ ਅਡਿਕਸ਼ਨ ਦੀ ਪ੍ਰੋਬਲਮ ਹੈ ਸਟਾਰਟ ਕਿੱਥੋਂ ਹੁੰਦੀ ਆ। ਸੋ ਬੇਸਿਕਲੀ ਇੱਕ ਮਾਨਸਿਕਤਾ ਟੁੱਟੀ ਵੀ, ਇੱਕ ਮਾਨਸਿਕਤਾ ਜ਼ਖਮੀ ਹੋਈ ਹੁੰਦੀ ਆ ਬਚਪਨ ਦੇ ਵਿੱਚ। ਐਂਡ ਜੀ ਹਾਂ, ਇੱਕ ਫੋਰ ਐਗਜ਼ਾਮਪਲ ਇੱਕ ਮਾਪੇ ਨੇ ਕ੍ਰਿਟੀਸਾਈਜ਼ ਕਰਨਾ ਆਪਣੇ ਬੱਚੇ ਨੂੰ, ਹਰ ਵਕਤ ਦੂਜਿਆਂ ਨਾਲ ਕੰਪੇਅਰ ਕਰਨਾ, ਕ੍ਰਿਟੀਸਾਈਜ਼ ਕਰਨਾ, ਇਹਦੇ ਵਿੱਚ ਵੀ ਬੱਚੇ ਦਾ ਜਿਹੜਾ ਨਰਵਸ ਸਿਸਟਮ ਆ ਤਣਾਅ ਦੇ ਵਿੱਚ ਜਾਂਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਨਾਲ ਬੱਚੇ ਦੇ ਜਿਹੜੇ ਨਰਵਸ ਸਿਸਟਮ ਦੇ ਵਿੱਚ ਐਕਸਪੀਰੀਅੰਸ ਇਕੱਠੇ ਹੋਈ ਜਾਂਦੇ ਆ, ਚਾਹੇ ਉਹਨੂੰ ਅੱਜ ਯਾਦ ਨਾ ਹੋਵੇ ਕਿ ਮੇਰੇ ਮਾਪੇ ਨੇ ਮੈਨੂੰ ਕੀ ਕਿਹਾ ਸੀਗਾ 2 ਸਾਲ ਵੇਲੇ, ਮੇਰੇ ਮਾਪਾ ਕਿਵੇਂ ਮੈਨੂੰ ਝਿੜਕ ਕੇ ਪਿਆ ਸੀ, ਜਾਂ ਇੱਕ ਜਦੋਂ ਮੈਂ ਸਾਲ ਦੀ ਸੀ ਮੇਰੇ ਮਾਂ ਬਾਪ ਆਪ ਬੜੇ ਰਿਸ਼ਤੇ 'ਚ ਸਟਰਗਲ ਕਰ ਰਹੇ ਸੀ, ਉਹਨਾਂ ਆਪ ਉਹ ਬਹੁਤ ਇੱਕ ਦੂਜੇ ਤੋਂ ਦੁਖੀ ਸੀ, ਜਾਂ ਜਦੋਂ ਮੈਂ ਤਿੰਨ ਐਂ ਨਾ, ਪਰ ਉਹਦੇ ਨਰਵਸ ਸਿਸਟਮ ਨੂੰ ਪਤਾ, ਉਹਦੀ ਸਬ ਕੌਨਸ਼ੀਅਸ ਨੂੰ, ਅਸੀਂ ਇਹੀ ਕਹਿੰਦੇ, ਉਹਦੀ ਸਬ ਕੌਨਸ਼ੀਅਸ ਜਿਹੜੀ ਥੱਲੇ ਉਹਦੀ ਪ੍ਰੋਸੈਸਿੰਗ ਆ, ਉਹਨੂੰ ਪਤਾ ਵਾ ਕਿ ਇਹਦੇ ਇਸ ਬਾਡੀ ਨਾਲ, ਇਸ ਨਰਵਸ ਸਿਸਟਮ ਨਾਲ ਕੀ ਵਾਪਰਿਆ, ਉਹਨੂੰ ਪਤਾ ਵੀ ਉਹ ਡਰਿਆ ਕਿਵੇਂ, ਕਿਉਂਕਿ ਭਾਵਨਾਵਾਂ ਬੜੀਆਂ ਸਟਰੋਂਗ ਹੁੰਦੀਆਂ ਵਾ। ਤੁਸੀਂ ਦੇਖੋ ਜਦੋਂ ਤੁਸੀਂ ਬਚਪਨ ਦੇ ਵਿੱਚ ਛੋਟੇ, ਤੁਸੀਂ ਡਰਦੇ ਹੋ ਤਾਂ ਬੱਚਾ ਤੁਹਾਡੇ ਨਾਲ ਹੀ ਡਰ ਜਾਂਦਾ ਵਾ, ਜਦੋਂ ਤੁਸੀਂ ਘਰ ਦੇ ਵਿੱਚ ਤਣਾਅ ਹੁੰਦਾ ਬੱਚਾ ਵੀ ਨਾਲ ਹੀ। ਸੋ ਬਿਕਾਜ਼ ਬੱਚੇ ਹੈਲਪਲੈਸ ਹੁੰਦੇ ਆ, ਫੋਰ ਐਗਜ਼ਾਮਪਲ ਅਸੀਂ 5 ਜਾਂ 6 ਸਾਲ ਦਾ ਬੱਚਾ, ਫਿਰ ਉਹ 3 ਤਰੀਕੇ ਨਾਲ ਆਪਦੀ, ਕਿਉਂਕਿ ਉਹ ਸਟੱਕ ਹੁੰਦੇ ਆ, ਰਾਈਟ? ਜੇ ਤੁਸੀਂ ਆਪਦੇ ਪਾਰਟਨਰ ਨਾਲ ਗੁੱਸੇ ਹੋਵੋ, ਲੜੇ ਹੋਵੋ, ਲੜੋ, ਜਾਂ ਤੁਸੀਂ ਆਪਦੇ ਕਿਸੇ ਹੋਰ ਰਿਸ਼ਤੇਦਾਰ ਨੂੰ, ਉਹਨਾਂ ਕੋਲ ਚੋਇਸ ਹੈਗੀ, ਉਹ ਘਰ ਛੱਡ ਕੇ ਜਾ ਸਕਦੇ ਨੇ, ਪਰ ਬੱਚਾ ਕਿੱਥੇ ਜਾਊ, ਬੱਚਾ ਕਿਤੇ ਨਹੀਂ ਜਾ ਸਕਦਾ, ਉਹਨੂੰ ਪਤਾ ਮੈਂ ਇਸ ਘਰ ਦੇ ਵਿੱਚ ਸਟੱਕ ਹਾਂ। ਫਿਰ ਅਸੀਂ 3 ਤਰੀਕੇ ਨਾਲ ਦੁੱਖ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਤਾਂ ਬੱਚਾ ਭੱਜ ਜੂਗਾ, ਜਾਂ ਤਾਂ ਉਹ ਕਿਸੇ ਰੂਮ ਦੇ ਵਿੱਚ ਭੱਜ ਜੂਗਾ, ਆਪਦੇ ਕੰਨ ਬੰਦ ਕਰ ਲੂਗਾ, ਉਹਨੂੰ ਅਸੀਂ ਕਹਿੰਦੇ ਹਾਂ ਫਲਾਈਟ, ਜਾਂ ਉਹ ਫਾਈਟ ਕਰਨ ਲੱਗ ਜੂਗਾ, ਉਸ ਸਿਚੁਏਸ਼ਨ ਨਾਲ ਫਾਈਟ ਕਰਨ ਲੱਗ ਜੂਗਾ। ਇਹ ਉਹੀ ਹੈ ਨਾ, ਜਿਹੜੇ ਲੋਕ ਡਿਪਰੈਸ਼ਨ 'ਚ ਆ ਉਹ ਅੰਦਰ ਭਾਵਨਾਵਾਂ ਦਬਾ ਲੈਂਦੇ ਆ, ਐਂਡ ਜਿਹੜੇ ਬੱਚੇ ਅਸੀਂ ਕਹਿੰਦੇ ਹਾਂ ਬਾਹਰ ਐਂਗਰ ਬਹੁਤ ਕੱਢਦੇ, ਇਹਨਾਂ ਨੂੰ ਐਂਗਰ ਪ੍ਰੋਬਲਮ ਆ, ਐਕਟ ਆਊਟ ਕਰਦੇ, ਉਹ ਗੁੱਸਾ ਬਾਹਰ ਕੱਢਦੇ ਆ, ਡਿਪਰੈਸ਼ਨ ਵਾਲੇ ਗੁੱਸਾ ਅੰਦਰ ਪੀ ਲੈਂਦੇ ਆ, ਅਤੇ ਜਿਹੜੇ ਸਾਨੂੰ ਉੱਚੀ ਬੋਲਦੇ ਆ, ਸਾਡੇ 'ਚ ਸਾਨੂੰ ਤੰਗ ਕਰਦੇ ਆ, ਉਹ ਗੁੱਸਾ ਬਾਹਰ ਕੱਢਦੇ ਆ। ਦੋਨੇ ਹੀ ਲੈਵਲ 'ਤੇ, ਦੋਨਾਂ ਦੇ ਵਿੱਚ ਤਣਾਅ ਵੱਧ, ਐਂਡ ਤਣਾਅ ਨਿਕਲ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ, ਇੱਕ ਤਣਾਅ ਨੂੰ ਨੱਪ ਰਿਹਾ, ਇੱਕ ਤਣਾਅ ਬਾਹਰ ਡੋਲ ਰਿਹਾ ਵਾ। ਸੋ ਜਦੋਂ ਸਾਡੀ ਇਹ ਮਾਨਸਿਕਤਾ ਬਣ ਜਾਂਦੀ ਆ, ਫਿਰ ਅਸੀਂ ਅਡਿਕਸ਼ਨ ਦੇ ਵਿੱਚ, ਜਿਵੇਂ ਮੈਂ ਕਿਹਾ ਕਿ ਕਈ ਜਿਹੜੀਆਂ ਲੋਕ ਉਹ ਸੈਂਸਿਟਿਵ ਜ਼ਿਆਦਾ ਹੁੰਦੇ ਆ, ਜਿਹੜੇ ਇਸ ਕੋਰਸ ਦੇ ਰਾਹੀਂ ਅਸੀਂ ਤੁਹਾਨੂੰ, ਐਂਡ ਅਟੈਚਮੈਂਟ ਆ ਜਿਸ ਇਸ ਕੋਰਸ ਦੇ ਰਾਹੀਂ ਅਸੀਂ ਤੁਹਾਨੂੰ ਸਾਈਕੋ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਵੇਅਰ ਬਣੋ ਕਿ ਸਾਡੀ ਇਹ ਮਾਨਸਿਕਤਾ ਦੀ ਪ੍ਰੋਬਲਮ ਆਈ ਕਿੱਥੇ। ਮੈਂ ਇਹ ਬਚਪਨ ਦੇ ਵਿੱਚ, ਐਂਡ ਮਕਸਦ ਸਾਡਾ ਇਸ ਕੋਰਸ ਦਾ ਇਹ ਨਹੀਂ ਗਾ ਕਿ ਅਸੀਂ ਬਲੇਮ ਲੱਭਣਾ ਜਾਂ ਆਪਦੇ ਪੇਰੈਂਟ ਨੂੰ ਬਲੇਮ ਲੱਭਣਾ, ਬਿਕਾਜ਼ ਉਹ ਸਾਰੀਆਂ ਸਿਚੁਏਸ਼ਨ ਜਿਹੜੀਆਂ ਮੈਂ ਤੁਹਾਨੂੰ ਬੁਲਾਈਆਂ ਗਣਾਈਆਂ, ਜਿਹੜੀਆਂ ਕਿ ਜਿਹਦੇ ਨਾਲ ਸਾਡੇ ਬਚਪਨ ਦੇ ਵਿੱਚ ਤਣਾਅ ਪੈਦਾ ਹੋ ਸਕਦਾ ਸੀ, ਉਹ ਕਿਸੇ ਦੀ ਗਲਤੀ ਨਹੀਂ ਹੈਗੀ। ਸਾਡੇ ਮਾਂ ਬਾਪ ਵੀ ਮਾਨਸਿਕ ਤੌਰ 'ਤੇ ਉਨੇ ਹੀ ਤੰਦਰੁਸਤ ਸੀ ਤਾਂ ਜੋ ਸਾਨੂੰ ਤੰਦ, ਇੱਕ ਡਰੀ ਹੋਈ ਮਾਂ ਆਪਦੇ ਬੱਚੇ ਨੂੰ ਸੁੱਖ ਨਹੀਂ ਦੇ ਸਕਦੀ ਗੀ। ਇੱਕ ਸਟ੍ਰੈਸ ਵਾਲਾ ਰਿਸ਼ਤਾ ਜਿਹੜਾ ਮਾਂ ਹਸਬੈਂਡ ਵਾਈਫ ਦੋਨੇ ਸਟ੍ਰੈਸ 'ਚ ਹੋਣ, ਉਹ ਆਪਦੇ ਬੱਚੇ ਨੂੰ ਸੁੱਖ ਨਹੀਂ ਦੇ ਸਕਦੇ। ਇੱਕ ਜਿਹੜੇ ਆਪਦੇ ਮਾਂ ਬਾਪ, ਇੱਕ ਮਾਪੇ ਨੂੰ ਇਹ ਹੋਵੇ ਕਿ ਮੇਰਾ ਬੱਚਾ ਦੂਸਰੇ ਬੱਚੇ ਨਾਲ ਕੰਪੀਟ ਕਰੇ, ਕੰਪੇਅਰ ਕਰੇ, ਉਹ ਆਪਦੇ ਬੱਚੇ ਨੂੰ ਖੁਸ਼ੀ ਨਹੀਂ ਦੇ ਸਕਦਾ, ਉਹ ਕ੍ਰਿਟਿਸਿਜ਼ਮ ਦੇ ਸਕਦਾ ਵਾ। ਸੋ ਸਾਡੇ ਮਾਪਿਆਂ ਨੇ ਉਹੀ ਕੀਤਾ, ਉਹਨਾਂ ਦੀ ਮਾਨਸਿਕਤਾ ਨੇ ਉਹੀ ਕੀਤਾ ਜੋ ਉਹਨਾਂ ਜੋ ਉਨ ਜਿੰਨੀ ਕੁ ਉਹਨਾਂ ਨੂੰ ਨੌਲੇਜ ਸੀ, ਜਿੰਨਾ ਕੁ ਉਹਨਾਂ ਨੂੰ ਗਿਆਨ ਸੀਗਾ। ਸੋ ਅਸੀਂ ਇਹ ਬਲੇਮ 'ਚ ਨਹੀਂ ਲੈਣਾ, ਅਸੀਂ ਇਸ ਚੀਜ਼ ਨੂੰ ਕਲੈਰਿਟੀ ਨਾਲ ਦੇਖਣਾ ਵਾ ਕਿ ਮੇਰੇ ਨਾਲ ਆਹ ਹੋਇਆ ਐਂਡ ਮੈਨੂੰ ਆਹ ਇਸ ਚੀਜ਼ ਨੇ ਇੰਪੈਕਟ ਕੀਤਾ, ਤਾਂ ਜੋ ਅਸੀਂ ਆਪਣੀ ਮਾਨਸਿਕਤਾ ਨੂੰ ਪੜ੍ਹ ਸਕੀਏ। ਸੋ ਅਡਿਕਸ਼ਨ ਦਾ ਮਤਲਬ ਕੀ ਆ? ਅਟੈਚ ਹੋਣਾ। ਛੋਟਾ ਜਿਹਾ ਬੱਚਾ ਉਹ ਕਿਸੇ ਨਾਲ ਅਟੈਚ ਹੋਣਾ ਚਾਹੁੰਦਾ ਵਾ। ਕਈ ਵਾਰ ਤੁਸੀਂ ਦੇਖ ਲਓ ਕਿ ਆਪਾਂ ਜਿਹੜਾ ਰਿਸ਼ਤਾ ਆਪਣਾ ਮਾਂ ਬਾਪ ਨਾਲ ਹੁੰਦਾ ਨਾ,
ਫਿਰ ਉਹੀ ਰਿਸ਼ਤਾ ਸਾਡਾ ਸਾਡੇ ਪਾਰਟਨਰ ਨਾਲ ਬਣਦਾ। ਜਿਵੇਂ ਅਸੀਂ ਆਪਦੇ ਮਾਂ ਬਾਪ ਤੋਂ ਪਿਆਰ ਚਾਹੁੰਦੇ ਹਾਂ, ਉਵੇਂ ਹੀ ਫਿਰ ਅਸੀਂ ਇੱਕ ਆਪਦੇ ਪਾਰਟਨਰ ਤੋਂ ਪਿਆਰ ਚਾਹੁੰਦੇ ਹਾਂ ਕਿ ਸਾਨੂੰ ਉਦਾਂ ਦਾ ਪਿਆਰ ਕਰੇ। ਸੋ ਇੱਕ ਬੱਚਾ ਐਂਡ ਅਡਲਟ, ਜਿਹੜਾ ਕੋਈ ਵੱਡਾ ਇਨਸਾਨ, ਉਹਨੂੰ ਤਾਂ ਨਹੀਂ ਪਿਆਰ ਚਾਹੀਦਾ, ਪਿਆਰ ਤਾਂ ਇੱਕ ਬੱਚੇ ਨੂੰ ਚਾਹੀਦਾ। ਸੋ ਜਿਹੜਾ ਛੋਟਾ ਬੱਚਾ ਸਾਡੇ ਵਿੱਚ, ਜਿਹੜਾ ਗੁੱਸੇ 'ਚ ਆ, ਜਿਹੜਾ ਡਰ 'ਚ ਆ, ਸਾਡੀ ਸਰੀਰ ਵੱਡੇ ਹੋ ਜਾਂਦੇ ਪਰ ਗੁੱਸਾ ਹਜੇ ਵੀ, ਸੋ ਜਿਹੜਾ ਅਡਿਕਸ਼ਨ ਵਾਲਾ, ਉਹ ਛੋਟੇ ਬੱਚੇ ਨਾਲ ਜ਼ਿੰਦਗੀ ਜਿਉਂ ਰਹੇ ਆ, ਕਿਉਂਕਿ ਉਹ ਛੋਟਾ ਬੱਚਾ ਹਜੇ ਵੀ ਰੋਈ ਜਾਂਦਾ ਪੇਨ ਵਿੱਚ। ਉਹ ਛੋਟਾ ਬੱਚਾ ਚਾਹੇ ਉਹ 30 ਸਾਲਾਂ ਦੇ ਹੋ ਗਏ, ਪਰ ਉਹ ਜਿਹੜਾ 5 ਸਾਲ ਦਾ ਬੱਚਾ ਨਾ ਉਹਨਾਂ ਦੇ ਵਿੱਚ ਬੈਠਾ, ਉਹ ਹਜੇ ਵੀ ਰੋਈ ਜਾਂਦਾ ਕ੍ਰਿਟਿਸਿਜ਼ਮ ਕਰਕੇ। ਉਹ ਹਜੇ ਵੀ ਉਹ ਬਚਪਨ ਦੇ ਤਣਾਅ ਦੇ ਵਿੱਚ, ਕਿਉਂਕਿ ਉਹਦੀ ਮਾਨਸਿਕਤਾ ਉਸ ਤਣਾਅ ਦੇ ਵਿੱਚ ਡਿਵੈਲਪ ਹੋਈ ਹੈ। ਸੁਭਾਵਿਕ ਜੀ ਗੱਲ ਹੈ ਕਿ ਉਹਦੀ ਸਾਰੀ ਮਾਨਸਿਕਤਾ ਸਟ੍ਰੈਸ ਵਾਲੀ ਬਣ ਗਈ, ਉਹਦਾ ਡਿਵੈਲਪ, ਜਿਹੜੇ ਜਿਹੜਾ ਬ੍ਰੇਨ ਉਹਦਾ ਡਿਵੈਲਪ ਹੋਇਆ, ਸਟ੍ਰੈਸ ਵਾਲਾ ਬ੍ਰੇਨ ਡਿਵੈਲਪ ਹੋਇਆ। ਸੋ ਬੱਚਾ ਕੀ ਚਾਹੁੰਦਾ? ਅਟੈਚਮੈਂਟ। ਜਿਹੜੇ ਲੋਕਾਂ ਦੀ ਐਡਿਕਸ਼ਨ ਹੁੰਦੀ ਆ, ਇਹਨਾਂ ਲੋਕਾਂ ਨੂੰ ਲੋਕਾਂ ਨਾਲ ਦੁੱਖ ਸੁੱਖ ਕਰਨਾ ਬੜਾ ਔਖਾ ਲੱਗਦਾ, ਕਿਉਂਕਿ ਇਹਨਾਂ ਨੇ ਬਚਪਨ ਦੇ ਵਿੱਚ, ਇਹਨਾਂ ਦਾ ਵਿਸ਼ਵਾਸ ਟੁੱਟ ਗਿਆ ਹੁੰਦਾ ਰਿਸ਼ਤਿਆਂ ਨਾਲੋਂ, ਕਿਸੇ ਵੀ ਐਕਸਪੀਰੀਅੰਸਿਸ ਕਰਕੇ ਇਹਨਾਂ ਨੂੰ ਜਿਹੜੀ ਉਹਦੀ ਜਿਹੜੀ ਮਾਂ ਬਾਪ ਦੀ ਅਟੈਚਮੈਂਟ ਆ, ਜਿਹੜੀ ਇੱਕ ਬੱਚੇ ਦੀ ਅਟੈਚਮੈਂਟ ਹੋਣੀ ਚਾਹੀਦੀ ਆ ਆਪਦੇ 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 ਮਾਂ ਬਾਪ ਨਾਲ, ਉਹ ਕਿਸੇ ਨਾ ਕਿਸੇ ਕਿਸੇ ਕਈ ਵਾਰ ਤਣਾਅ ਵਿੱਚ ਆ ਜਾਂਦਾ। ਬਹੁਤ ਚੀਜ਼ਾਂ ਆ ਜਾਂਦੀਆਂ ਇੱਕ ਮਾਂ ਅਤੇ ਇੱਕ ਬੱਚੇ ਦੀ ਇੱਕ ਮਾਨਸਿਕ ਅਟੈਚਮੈਂਟ ਦੇ ਵਿੱਚ। ਸੋ ਕੋਈ ਵੀ ਤਰੀਕੇ ਨਾਲ ਉਹ ਜਿਹੜੀ ਜਿਹੜਾ ਉਹ ਅਟੈਚਮੈਂਟ ਆ ਉਹ ਟੁੱਟ ਗਈ। ਸੋ ਫਿਰ ਕੀ ਹੋਇਆ? ਅਟੈਚਮੈਂਟ ਤਾਂ ਸਾਨੂੰ ਚਾਹੀਦੀ, ਉਹ ਤਾਂ ਸਾਰੀ ਉਮਰ ਚਾਹੀਦੀ ਹੈ। ਵੱਖਰੇ ਵੱਖਰੇ ਹੋ ਸਕਦੀ, ਫੋਰ ਐਗਜ਼ਾਮਪਲ 2 ਸਾਲ ਦੇ ਬੱਚੇ ਨੂੰ ਤੁਹਾਨੂੰ ਜੱਫੀ ਪਾਉਣੀ ਪੈਂਦੀ ਹੈ, 10 ਸਾਲ ਦੇ ਬੱਚੇ ਨੂੰ ਤੁਹਾਨੂੰ ਉਹ ਜਿਹੀ ਅਟੈਚਮੈਂਟ ਨਹੀਂ ਚਾਹੀਦੀ, ਪਰ ਚਾਹੀਦੀ ਜ਼ਰੂਰ ਆ, ਉਹ ਮਾਨਸਿਕ ਤੌਰ 'ਤੇ ਅਟੈਚਮੈਂਟ ਉਹਨਾਂ ਨੂੰ ਚਾਹੀਦੀ ਆ। ਫਿਰ 30 ਸਾਲ ਦੇ ਬੰਦੇ ਨੂੰ ਕਿਤੇ ਡਿਫਰੈਂਟ ਤਰ੍ਹਾਂ ਦੀ ਅਟੈਚਮੈਂਟ ਚਾਹੀਦੀ ਆ। ਪਰ ਜਿਹੜੀ ਉਹ ਅਟੈਚਮੈਂਟ ਡਿਸਟਰਪਟ ਹੋ ਗਈ ਹੁੰਦੀ ਹੈ ਇਹਨਾਂ ਲੋਕਾਂ ਦੀ ਮਾਂ ਅਤੇ ਇੱਕ ਬੱਚੇ ਬਿਨਾਂ, ਜਾਂ ਮਾਂ ਅਤੇ ਇੱਕ ਬੱਚੇ ਜਾਂ ਬਾਪ ਦੇ ਵਿੱਚ ਜਾਂ ਪਰਿਵਾਰ ਨਾਲ, ਸੋ ਹੁੰਦਾ ਕਿ ਫਿਰ ਇਹ ਆਪਦੇ ਆਪ ਨੂੰ ਇੱਕ ਨਸ਼ੇ ਨਾਲ ਅਟੈਚ ਕਰਦੇ ਆ ਇਹ ਆਪਦੇ, ਕਿਉਂਕਿ ਅਟੈਚਮੈਂਟ ਆਪਾਂ ਨੂੰ ਸਾਰਿਆਂ ਨੂੰ ਚਾਹੀਦੀ। ਜੇ ਅਸੀਂ ਪ੍ਰੋਪਰ ਚੀਜ਼ ਇਹ ਆ ਕਿ ਜੇ ਅਸੀਂ ਲੋਕਾਂ ਨਾਲ, ਆਪਦੇ ਘਰਦਿਆਂ ਨਾਲ, ਆਪਦੇ ਦੋਸਤ ਮਿੱਤਰਾਂ ਨਾਲ ਦੁੱਖ ਸੁੱਖ ਕਰਨ ਲੱਗ ਜਾਈਏ, ਉਹ ਇੱਕ ਹੈਲਥੀ ਅਟੈਚਮੈਂਟ ਆ। ਸਾਨੂੰ ਦੁੱਖ ਆਉਣਗੇ, ਅਸੀਂ ਦੁੱਖ ਸ਼ੇਅਰ ਕੀਤਾ ਅਤੇ ਅਸੀਂ ਬੈਟਰ ਫੀਲ ਕੀਤਾ, ਅਸੀਂ ਸੈਲਫ ਰੈਗੂਲੇਟ ਕਰਤਾ। ਇਹ ਲੋਕ ਰਿਸ਼ਤਿਆਂ ਦੇ ਵਿੱਚ ਦੱਸ ਨਹੀਂ ਪਾਉਂਦੇ, ਇਹ ਲੋਕ ਆਪਦੇ ਦੁੱਖ ਨਹੀਂ ਰਿਸ਼ਤਿਆਂ ਦੇ ਵਿੱਚ ਦੱਸ ਪਾਉਂਦੇ, ਇਸ ਕਰਕੇ ਇਹ ਲੋਕ ਆਪਦੇ ਅੰਦਰ ਕਰਦੇ ਆ, ਆਪਦੇ ਅੰਦਰ ਸਮਾਉਂਦੇ ਆ ਦੁੱਖ। ਸੋ ਅੰਦਰ ਜਿਹੜਾ ਦੁੱਖ ਆ ਉਸ ਨੂੰ ਡੀਲ ਕਰਨ ਵਾਸਤੇ ਫਿਰ ਇਹਨਾਂ ਨੂੰ ਨਸ਼ਾ ਚਾਹੀਦਾ, ਫਿਰ ਇਹ ਨਸ਼ਾ ਕਰਦੇ। ਸੋ ਇਹਨਾਂ ਦੀ ਅਟੈਚਮੈਂਟ ਨਸ਼ੇ ਨਾਲ ਉਹੀ ਆ, ਉੱਦਾਂ ਦੀ ਆ ਜਿਵੇਂ ਸਾਡੀ ਅਟੈਚਮੈਂਟ ਇੱਕ ਇੱਕ ਇਨਸਾਨ ਨਾਲ ਜਾਂ ਰਿਸ਼ਤਿਆਂ ਦੇ ਵਿੱਚ ਆ। ਅਸੀਂ ਖੁਸ਼ ਮਹਿਸੂਸ ਕਰਦੇ ਹਾਂ ਉਹਨਾਂ ਰਿਸ਼ਤਿਆਂ ਦੇ ਵਿੱਚ ਆਪਦਾ ਦੁੱਖ ਸੁੱਖ ਕਰਕੇ, ਐਂਡ ਇਹ ਅਡਿਕਸ਼ਨ ਵਾਲੇ ਲੋਕ ਨਹੀਂ ਕਰ ਸਕਦੇ ਕਿ, ਐਂਡ ਬਹੁਤ ਔਖਾ ਵਾ। ਜਦੋਂ ਮੈਂ ਵੀ, ਮੇਰੇ ਨਾਲ ਵੀ ਕਾਉਂਸਲਿੰਗ ਕਰਦੇ ਆ, ਜਦੋਂ ਪਹਿਲਾ ਸੈਸ਼ਨ ਮੇਰੇ ਨਾਲ ਵੀ ਕਰਦੇ ਆ, ਮੋਸਟਲੀ ਉਹ ਬੜੇ ਔਖੇ ਮਹਿਸੂਸ ਕਰਦੇ ਕਿ ਅਸੀਂ ਆਪਦੇ ਅਸੀਂ ਗੱਲ ਨਹੀਂ ਕਰ ਸਕਦੇ, ਉਹ ਬੜੇ ਸ਼ਟ ਡਾਊਨ ਹੁੰਦੇ, ਕਿਉਂਕਿ ਇਹ ਰਿਸ਼ਤਿਆਂ ਵਾਲਾ ਅਟੈਚਮੈਂਟ ਉਹਨਾਂ ਲਈ ਕਾਮਨ ਨੋਰਮਲ ਨਹੀਂ ਰਹੀ ਹੁੰਦੀ, ਇਹ ਉਹਨਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੁੰਦਾ। ਸੋ ਅੰਦਰੋਂ ਉਹਨਾਂ ਦੇ ਆਪਦੇ ਜ਼ਿੰਦਗੀ ਦੇ ਵਿੱਚ ਜਿਉਣ ਦਾ, ਆਪਦੀ ਜ਼ਿੰਦਗੀ ਦੇ ਅੰਦਰ ਕੁਛ ਮਹਿਸੂਸ ਕਰਨ ਦਾ, ਆਪਦੇ ਅੰਦਰ ਖੁਸ਼ੀ ਮਹਿਸੂਸ, ਆਪਦੇ ਅੰਦਰੋਂ ਹੀ ਉਹ ਟੁੱਟੇ ਹੁੰਦੇ ਆ, ਆਪਦੇ ਅੰਦਰ ਦੇ ਨਾਲ ਟੁੱਟੇ ਹੁੰਦੇ ਆ। ਐਂਡ ਤੋੜਿਆ ਕਿਹਨੇ ਹੁੰਦੇ ਆ? ਜਿਹੜੀ ਸਟ੍ਰੈਸ, ਜਿਹੜਾ ਤਣਾਅ ਸਾਡੇ ਬਚਪਨ ਦੇ ਵਿੱਚ ਹੋ ਗਿਆ। ਐਂਡ ਇਸ ਕੋਰਸ ਦੇ ਰਾਹੀਂ ਜਿਵੇਂ ਜਿਵੇਂ ਆਪਾਂ ਅਗਾਂਹ ਜਾਵਾਂਗੇ, ਤੁਹਾਨੂੰ ਆਪਾਂ ਦੱਸਾਂਗੇ ਕਿ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਵੀ ਅਸੀਂ ਕਰ ਸਕਦੇ ਹਾਂ ਤਾਂ ਜੋ ਸਾਡੀ ਮਾਨਸਿਕਤਾ, ਅਸੀਂ ਮਨ ਦੇ ਲੈਵਲ 'ਤੇ, ਕੋਰਸ ਦਾ ਮਕਸਦ ਇਹ ਹੈ ਕਿ ਅਸੀਂ ਮਨ ਦੇ ਲੈਵਲ 'ਤੇ ਤੁਹਾਨੂੰ ਵੱਡੇ ਕਰਨਾ ਵਾ। ਜਿਹੜਾ 5 ਸਾਲ ਦਾ ਬੱਚਾ ਹਜੇ ਵੀ ਰੋਈ ਜਾ ਰਿਹਾ ਨਾ, ਮੈਂ ਇਕੱਲਾ ਵਾਂ, ਮੈਨੂੰ ਉਹ ਨਹੀਂ ਪਿਆਰ ਕਰਦਾ, ਇਹ ਤਾਂ ਬੱਚਿਆਂ ਦੀ ਐਟਰੀਬਿਊਟਸ ਹਨ, ਇਹ ਤਾਂ ਬੱਚਿਆਂ ਦੇ ਕੈਰੇਕਟਰਿਸਟਿਕ ਆ। ਬੱਚਾ ਕਹਿੰਦਾ ਮੈਂ ਇਕੱਲਾ ਵਾਂ, ਬੱਚੇ ਕਹਿੰਦੇ ਹੁੰਦੇ ਆ ਮੈਨੂੰ ਕੋਈ ਪਿਆਰ ਨਹੀਂ ਕਰਦਾ, ਬੱਚੇ ਕਹਿੰਦੇ ਹੁੰਦੇ ਇਹ ਬੱਚਾ। ਸੋ ਸਾਡੇ ਅੰਦਰ ਉਸ ਬੱਚੇ ਨੂੰ ਅਸੀਂ ਵੱਡਾ ਕਿਵੇਂ ਕਰਨਾ ਤਾਂ ਜੋ ਇੱਕ ਅਡਲਟ ਐਂਡ ਫੰਕਸ਼ਨਲ ਲਾਈਫ ਜਿਉਂ ਸਕੀਏ। ਸੋ ਸੈਲਫ ਅਵੇਅਰਨੈਸ, ਅਸੀਂ ਆਪਦੇ ਆਪ 'ਚ ਅਵੇਅਰ ਕਿਵੇਂ ਬਣ ਸਕਦੇ ਹਾਂ ਕਿ ਸਾਨੂੰ ਮਾਨਸਿਕਤ, ਇਸ ਕੋਰਸ ਦੇ ਵਿੱਚ ਅਸੀਂ ਗਾਂਹ ਜਾ ਕੇ ਵੀ ਗੱਲ ਕਰਾਂਗੇ ਇੱਕ ਇੱਕ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਬਹੁਤ ਔਖਾ ਵਾ ਆਪਦੇ ਪਰਿਵਾਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਟਟੋਲਣਾ, ਬਿਕਾਜ਼ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਅਸੀਂ ਨਹੀਂ ਉਹਨਾਂ ਬਾਰੇ ਗੱਲਾਂ ਕਰਨਾ ਮੰਨਦੇ, ਅਸੀਂ ਚਾਹੁੰਦੇ ਹਾਂ ਵੀ ਉਹ ਟਕੀਆਂ ਰਹਿਣ ਅਤੇ ਬਸ ਕੋਈ ਉਹਨਾਂ ਨੂੰ ਛੇੜੇ ਨਾ, ਬਿਕਾਜ਼ ਉਹਨਾਂ 'ਚ ਦਰਦ ਹੁੰਦਾ, ਉਹਨਾਂ 'ਚ ਦੁੱਖ ਹੁੰਦਾ ਵਾ, ਇਸ ਕਰਕੇ ਅਸੀਂ ਗੱਲਾਂ ਨਹੀਂ, ਸਾਨੂੰ ਕੰਫਰਟੇਬਲ ਨਹੀਂ ਹੈਗਾ ਗਾ ਉਹ ਚੀਜ਼ਾਂ, ਸਾਨੂੰ ਦੁੱਖ ਹੁੰਦਾ। ਐਂਡ ਉੱਥੇ ਬੱਚੇ ਸਾਡੇ ਪਾਲ, ਉਸੇ ਇਨਵਾਇਰਮੈਂਟ ਦੇ ਵਿੱਚ ਸਾਡੇ ਬੱਚੇ ਪਾਲ ਰਹੇ ਹੁੰਦੇ ਆ। ਸੋ ਜਦੋਂ ਅਸੀਂ ਇਸ ਅਡਿਕਸ਼ਨ ਬਿਮਾਰੀ ਨੂੰ ਦੇਖਦੇ ਹਾਂ, ਇਹਨੂੰ ਇੱਕ ਮਾਨਸਿਕ ਬਿਮਾਰੀ ਸਮਝੋ, ਇੱਕ ਇੰਨੀ ਸੌਖੀ ਨਹੀਂ ਹੈਗੀ ਜਿਵੇਂ ਕਿ ਇੱਕ ਅਸੀਂ ਹਮਦਰਦੀ ਬਤਾਓ ਜਿਹੜੇ ਲੋਕ ਐਂਡ ਯੂ ਨੋ ਮੋਸਟ ਆਫ ਦਾ ਟਾਈਮ ਜਿਹੜਾ ਸਾਡਾ ਅਪਰੋਚ ਹੈ ਇਹਨਾਂ ਲੋਕਾਂ ਨੂੰ, ਅਸੀਂ ਕਹਿੰਦੇ ਹਾਂ ਕਿ ਅਡਿਕਸ਼ਨ
ਨਸ਼ਾ ਇੱਕ ਦਿਨ 'ਚ ਛੱਡ ਦਿਓ। ਜਿਹੜੇ ਲੋਕਾਂ ਨੇ ਸਾਨੂੰ ਵੇਖਿਆ ਵੀ ਹੈ, ਕਈ ਲੋਕਾਂ ਨੇ ਇੱਕ ਦਿਨ 'ਚ ਛੱਡਤਾ, ਕਈ ਲੋਕਾਂ ਨੇ 2 ਘੰਟਿਆਂ ਦੇ ਵਿੱਚ ਛੱਡਤਾ। ਜੀ ਹਾਂ, ਇੱਦਾਂ ਦੇ ਸਿਚੁਏਸ਼ਨ ਜਦੋਂ ਲੋਕ ਦੂਸਰੇ ਅੰਦਰੋਂ ਵਿਲਿੰਗਨੈਸ, ਅੰਦਰੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਵਿਲਿੰਗਨੈਸ ਉਹਦੇ ਆ ਗਈ ਤਾਂ ਛੱਡਿਆ ਵੀ ਜਾ ਸਕਦਾ, ਪਰ ਉਹਨਾਂ ਚੱਕ ਜਿੰਨਾ ਚੱਕ ਤੁਹਾਡਾ ਮਨ ਬਦਲਣਾ ਇਹ ਬਹੁਤ ਔਖਾ ਵਾ। ਐਂਡ ਅਸੀਂ ਇਸ ਬਿਮਾਰੀ ਨੂੰ ਇੱਕ ਹੀ ਤਰੀਕੇ ਨਾਲ ਟੈਕਲ ਕਰ ਸਕਦੇ, ਉਹ ਹੈਗਾ ਹਮਦਰਦੀ ਐਂਡ ਕੰਪੈਸ਼ਨ। ਕਿਉਂਕਿ ਇਹ ਲੋਕ ਆਲਰੇਡੀ ਟੁੱਟੇ ਹੁੰਦੇ ਆ, ਇਹ ਲੋਕ ਆਲਰੇਡੀ ਅੰਦਰ ਟੁੱਟੇ ਹੁੰਦੇ ਆ, ਮਾਨਸਿਕਤਾ 'ਤੇ ਟੁੱਟੇ ਹੁੰਦੇ ਆ। ਅਸੀਂ ਕੀ ਕਰਦੇ ਹਾਂ, ਅਸੀਂ 4-5 ਰਿਸ਼ਤੇਦਾਰ ਬਿਠਾਉਂਦੇ ਹਾਂ, ਉਹਨਾਂ ਨੂੰ ਕਹਿੰਦੇ ਇਹਨਾਂ ਨਾਲ ਗੱਲ ਕਰੋ, ਇਹਨਾਂ ਨੂੰ ਕਰੋ, ਬਿਕਾਜ਼ ਜਦੋਂ ਮੈਂ ਕਾਉਂਸਲਿੰਗ ਕਰਦੀ ਮੈਂ ਦੇਖਦੀ ਹਾਂ ਚੀਜ਼ਾਂ। 5-7 ਰਿਸ਼ਤੇਦਾਰ ਫਿਰ ਉਹਨਾਂ ਨੂੰ ਸ਼ੇਮ ਕਰਦੇ ਆ ਕਿ ਤੂੰ ਬੁਰਾ, ਤੂੰ ਤੈਨੂੰ ਘਰ ਨਹੀਂ ਚਲਾਉਣਾ ਆਉਂਦਾ, ਇਹ ਸਾਰੀਆਂ ਚੀਜ਼ਾਂ ਕਹਿੰਦੇ ਆ ਜਿਹੜਾ ਜਿਹੜਾ ਬੰਦਾ ਐਡਿਕਸ਼ਨ 'ਚ। ਆਪਾਂ ਕੀ ਕਰਦੇ ਹਾਂ, ਆਪਾਂ ਉਹਨਾਂ ਨੂੰ ਹੋਰ ਤੋੜ ਦਿੰਦੇ ਹਾਂ, ਆਪਾਂ ਉਹਨਾਂ ਨੂੰ ਆਪਦੇ ਬਾਰੇ ਹੋਰ ਬੁਰਾ ਮਹਿਸੂਸ ਕਰਵਾ ਦਿੰਦੇ, ਫਿਰ ਉਹ ਉਦੋਂ ਵੀ ਜ਼ਿਆਦਾ ਗਹਿਰੀ ਐਡਿਕਸ਼ਨ ਦੇ ਵਿੱਚ ਜਾਂਦੇ ਆ, ਬਜਾਏ ਇਹ ਸਮਝਣ ਦੇ ਕਿ ਇੱਕ ਬਿਮਾਰੀ ਆ। ਐਂਡ ਇਸ ਬਿਮਾਰੀ ਦਾ ਜ਼ਰੂਰ ਇੱਕ ਇੱਕ ਵਿਲਿੰਗਨੈਸ ਅੰਦਰੋਂ ਚਾਹੀਦੀ ਆ, ਪਰ ਇੱਕ ਡੈਮੇਜਡ ਹੋਇਆ ਇਨਸਾਨ ਨਾਲ ਤੁਸੀਂ ਗੱਲ ਕਰ ਰਹੇ ਹਾਂ, ਜਿਸਦੀ ਮਾਨਸਿਕਤਾ ਡੈਮੇਜ ਹੋ ਗਈ ਹੋਵੇ। ਐਂਡ ਮੋਸਟ ਆਫ ਦਾ ਟਾਈਮ ਅਸੀਂ ਉਹ ਗੱਲਾਂ ਕਰਨੀਆਂ ਨਹੀਂ ਮੰਗਦੇ। ਸੋ ਜੇ ਤੁਸੀਂ ਐਡਿਕਸ਼ਨ ਦੇ ਸ਼ਿਕਾਰ ਰਹੇ ਹੋ, ਕੋਸ਼ਿਸ਼ ਕਰੋ ਆਪਦੇ ਬਚਪਨ ਦੀ ਥੋੜ੍ਹੀ ਸਟੋਰੀ ਲਿਖਣ ਦੀ, ਕਿ ਮੈਂ ਕੀ ਦੇਖਿਆ, ਕਿ ਮੈਂ ਕੀ ਆਪਦੇ ਅੰਦਰ ਉਹ ਚੀਜ਼ਾਂ ਕਿ ਮੈਂ ਆਪਦੇ ਕੀ ਅੰਦਰ ਉਹ ਚੀਜ਼ਾਂ ਮਹਿਸੂਸ ਕਰਦਾ, ਮੈਂ ਆਪਦੇ ਬਾਰੇ ਕੀ ਸੋਚਦਾ, ਇਹ ਮਾਨਸਿਕਤਾ ਮੇਰੀ ਆਈ ਕਿੱਥੋਂ। ਬਿਕਾਜ਼ ਜਦੋਂ ਅਸੀਂ ਆਪਦੇ ਆਪ ਨੂੰ ਇਸ ਨਾਲ ਐਜੂਕੇਟ ਕਰਨ ਲੱਗ ਜਾਵਾਂਗੇ, ਤੁਹਾਡੇ ਆਪਦੇ ਅੰਦਰ ਬਲਬ ਜਗਣ ਲੱਗ ਜਾਣਗੇ। ਜਿਵੇਂ ਆਪਾਂ ਹਨੇਰੇ 'ਚ ਬੈਠੀ ਹੈ ਨਾ, ਤਾਂ ਫਿਰ ਕੋਈ ਕਹਿੰਦਾ ਲਾਈਟ ਜਗਾ ਦਿਓ, ਤਾਂ ਲਾਈਟ ਜਗਾ ਦਿਓ, ਫਿਰ ਦਿਖਣ ਲੱਗ ਜਾਂਦਾ, ਅਤੇ ਫਿਰ ਸਡਨਲੀ ਸਾਡਾ ਜਿਹੜਾ ਡਰ ਆ ਦੁੱਖ ਆ ਉਹ ਦੂਰ ਚਲਾ ਜਾਂਦਾ, ਕਿਉਂਕਿ ਹੁਣ ਹਨੇਰਾ ਨਹੀਂ। ਸੋ ਇਹੀ ਜਿਹੜੀ ਐਜੂਕੇਸ਼ਨ ਦਾ ਮਕਸਦ ਇਹ ਹੈ ਕਿ ਆਪਣੇ ਦਿਮਾਗ ਦੇ ਅੰਦਰ ਬਲਬ ਜਗਾਉਣੇ ਆ। ਸੋ ਜਿੰਨਾ ਐਜ਼ ਅ ਕਲਚਰ ਐਂਡ ਐਜ਼ ਅ ਜੇ ਚਾਹੇ ਤੁਸੀਂ ਰਿਸ਼ਤੇਦਾਰ ਵੀ ਹਾਂ, ਅਸੀਂ ਇਹਨਾਂ ਲੋਕਾਂ ਨੂੰ ਹਮਦਰਦੀ ਨਾਲ ਵੇਖਣਾ ਵਾ। ਇਹ ਲੋਕ ਬੁਰੇ ਲੋਕ ਨਹੀਂ, ਇਹ ਲੋਕ ਦੁਖੀ ਲੋਕ ਆ। ਐਂਡ ਦੁਖੀ ਅਤੇ ਬੁਰੇ ਦੇ ਵਿੱਚ ਫਰਕ ਹੁੰਦਾ ਵਾ, ਕਿਉਂਕਿ ਦੁਖੀ ਦੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਐਂਡ ਬੁਰੇ ਤੋਂ ਅਸੀਂ ਦੂਰ ਭੱਜਣਾ ਚਾਹੁੰਦੇ ਹਾਂ। ਸੋ ਇਹ ਇੱਕ ਦੁਖੀ ਮਾਨਸਿਕਤਾ ਤੋਂ ਇੱਕ ਅਨਹੈਲਥੀ ਤਰੀਕਾ ਵਾ ਆਪਦੇ ਮਨ ਨੂੰ ਖੁਸ਼ ਕਰਨ ਦਾ, ਆਪਦੇ ਮਨ ਨੂੰ ਸ਼ਾਂਤ ਕਰਨ ਦਾ, ਜਿਹੜੇ ਕਿ ਅਸੀਂ ਸਾਰੇ ਚਾਹੁੰਦੇ ਹਾਂ। ਅਸੀਂ ਵੱਖਰੇ ਤਰੀਕੇ ਨਾਲ ਅਨਹੈਲਥੀ ਤਰੀਕੇ ਨਾਲ ਅਸੀਂ ਵੀ ਆਪਦੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੇ ਲੋਕ ਐਡਿਕਸ਼ਨ ਦੇ ਵਿੱਚ ਨਸ਼ੇ ਬਾਰੇ ਆਪਣਾ ਇਹ ਕੋਰਸ ਆ, ਉਹ ਇੱਕ ਨਸ਼ੇ ਤਰੀਕੇ ਨਾਲ ਆਪਦੇ ਆਪ ਨੂੰ ਸ਼ਾਂਤ। ਐਂਡ ਅਲਕੋਹਲ ਤੁਸੀਂ ਦੇਖ ਲਓ, ਬਹੁਤ ਲੋਕ ਆਪਣੇ ਕਲਚਰ ਦੇ ਵਿੱਚ ਅਲਕੋਹਲ ਆਪਦੇ ਅੰਦਰ ਠੀਕ ਮਹਿਸੂਸ ਕਰਨ ਨੂੰ ਪੀਂਦੇ ਆ। ਐਂਡ ਇਹ ਚੀਜ਼ ਤੁਸੀਂ ਆਪਦੇ ਆਪ 'ਚ ਅਸੈਸ ਕਰਕੇ ਦੇਖ ਸਕਦੇ ਹੋ ਕਿ ਜਦੋਂ ਅਸੀਂ, ਬਹੁਤ ਕਲਾਇੰਟ ਮੇਰੇ ਕੋਲ ਕਈ ਵਾਰ ਆਉਂਦੇ ਹੋ, ਕਹਿੰਦੇ ਜਦੋਂ ਅਸੀਂ ਚੰਗਾ ਨਹੀਂ ਮਹਿਸੂਸ ਕਰਦੇ, ਜਦੋਂ ਘਰ ਦੇ ਵਿੱਚ ਬੜਾ ਤਣਾਅ ਆ, ਫਿਰ 2-3 ਅਸੀਂ ਡਰਿੰਕ ਲਾ ਲਈਏ, ਫਿਰ ਠੀਕ ਹੋਏ। ਐਡਿਕਸ਼ਨ ਆ ਨਾ, ਬਿਕਾਜ਼ ਅੰਦਰਲੇ ਤਣਾਅ ਨੂੰ ਮੇਟਣ ਵਾਸਤੇ ਮੈਂ ਬਾਹਰੋਂ ਕੋਈ ਚੀਜ਼ ਕੀਤੀ। ਐਂਡ ਇਹ ਟੈਂਪਰੇਰੀ ਆ, ਇੱਕ ਇਹਦੀ ਮੈਟਾਫਰ ਤੁਸੀਂ ਇੱਕ ਉਹੀ ਸਮਝ ਲਓ ਕਿ ਇੱਕ ਬੱਚਾ ਵਾ, ਉਹਨੂੰ ਭੁੱਖ ਲੱਗੀ ਵੀ ਆ, ਅਤੇ ਉਹਨੂੰ 5-5 ਮਿੰਟਾਂ ਬਾਅਦ ਤੁਸੀਂ ਟੋਏ ਦੇ ਰਹੇ ਹੋ, ਉਹ ਟੋਏ ਦੇਖ ਕੇ ਥੋੜ੍ਹਾ ਜਿਹਾ ਠੀਕ ਹੁੰਦਾ, 5 ਕੁ ਮਿੰਟ ਫਿਰ ਉਹ ਰੋਣ ਲੱਗ ਜਾਂਦਾ ਵਾ। ਐਂਡ ਇਹੀ ਚੀਜ਼ ਸਾਡੀ ਐਡਿਕਸ਼ਨ ਦੀ ਆ, ਕਿ ਤੁਹਾਨੂੰ ਲੱਗਦਾ ਕਿ ਬਾਹਰਲੀ ਚੀਜ਼ ਖਾਣ ਨਾਲ, ਬਾਹਰਲੀ ਚੀਜ਼ ਪੀਣ ਨਾਲ ਤੁਸੀਂ 5-7 ਮਿੰਟ ਠੀਕ ਹੋ ਜਾਣਗੇ, ਫਿਰ ਉਸ ਤੋਂ ਬਾਅਦ ਮਾਨਸਿਕਤਾ ਤਾਂ ਤੁਹਾਡੀ ਉਹੀ ਰਹਿੰਦੀ, ਉਹੀ ਦੁਖੀ, ਉਹੀ ਉਹਦੇ ਵਿੱਚ ਪੇਨ, ਐਂਗਰ, ਉਹ ਸਾਰੀਆਂ ਚੀਜ਼ਾਂ ਰਹਿੰਦੀਆਂ ਵਾ। ਪਰ ਐਜ਼ ਅ ਕਲਚਰ, ਐਜ਼ ਅ ਜੇ ਤੁਸੀਂ ਰਿਸ਼ਤੇਦਾਰ ਆ, ਸਾਨੂੰ ਇਸ ਬਿਮਾਰੀ ਨੂੰ ਇੱਕ ਹਮਦਰਦੀ ਨਾਲ ਦੇਖਣਾ ਪੈਣਾ, ਜੇ ਅਸੀਂ ਇਸ ਬਿਮਾਰੀ ਦਾ ਖਾਤਮਾ ਚਾਹੁੰਦੇ ਹਾਂ। ਕਿਉਂਕਿ ਅਸੀਂ ਟੁੱਟੇ ਹੋਏ ਲੋਕਾਂ ਨੂੰ ਹੋਰ ਨਹੀਂ ਤੋੜ ਸਕਦੇ, ਜਿਹੜੇ ਲੋਕ ਆਪਦੇ ਵਿੱਚ ਆਲਰੇਡੀ ਬੁਰਾ ਮਹਿਸੂਸ ਕਰ ਰਹੇ ਆ, ਅਸੀਂ ਉਹਨਾਂ ਨੂੰ ਹੋਰ ਬੁਰਾ ਮਹਿਸੂਸ ਨਹੀਂ ਕਰਾ ਰਹੇ, ਫਿਰ ਇਹ ਤਾਂ ਬਿਮਾਰੀ ਵਧਾਉਣ ਦੀ ਗੱਲ ਆ। ਐਂਡ ਮੋਸਟਲੀ ਜਦੋਂ ਮੈਂ ਦੇਖਦੀ ਹਾਂ ਰਿਸ਼ਤਿਆਂ ਦੇ ਵਿੱਚ ਬਿਮਾਰੀ ਐਡਿਕਸ਼ਨ ਵੱਧਦੀ ਆ, ਕਿਉਂਕਿ ਰਿਸ਼ਤੇ ਜਿਹੜੇ ਰਿਸ਼ਤਿਆਂ ਦੇ ਵਿੱਚ ਵੀ ਸਾਨੂੰ ਹੋਰ ਜ਼ਖਮ, ਕਿਉਂਕਿ ਜ਼ਖਮ ਸਾਡਾ ਇਹ ਨਹੀਂ ਕਿ ਇੱਕ ਬਚਪਨ ਹੀ ਸਾਡਾ ਜ਼ਖਮ ਹੋਇਆ ਵਿਆ, ਫਿਰ ਸਾਡਾ ਸਾਡੇ ਰਿਸ਼ਤੇਦਾਰ ਸਾਨੂੰ ਟੋਕਦੇ ਰਹਿੰਦੇ ਆ, ਸਾਡੇ ਘਰ ਦੇ ਸਾਨੂੰ ਟੋਕਦੇ ਰਹਿੰਦੇ ਆ, ਹੋਰ ਜ਼ਖਮ ਪਾਉਂਦੇ ਰਹਿੰਦੇ ਆ, ਹੋਰ ਜ਼ਖਮ। ਐਂਡ ਜ਼ਖਮ ਅੰਦਰ ਹੋ ਕੇ ਸਾਡਾ ਅੰਦਰ ਖੋਖਲਾ ਹੋ ਜਾਂਦਾ, ਫਿਰ ਸਾਨੂੰ ਲੱਗਦਾ ਕਿ ਕੋਈ ਪੋਸੀਬਿਲਿਟੀ ਨਹੀਂ ਕਿ ਮੈਂ ਆਪਦੇ ਆਪ 'ਚ ਖੁਸ਼ ਰਹਿ ਸਕਾਂ। ਸੋ ਅਸੀਂ ਇੱਕ ਹਮਦਰਦੀ ਵਾਲਾ ਅਪਰੋਚ ਲੈਣਾ ਇਸ ਪ੍ਰੋਬਲਮ ਨੂੰ ਹੱਲ ਕਰਨ, ਇਸ ਬਿਮਾਰੀ ਨੂੰ। ਸੋ ਜੇ ਤੁਸੀਂ ਕਿਸੇ ਵੀ ਇਨਸਾਨ ਨੂੰ ਦੇਖਦੇ ਜਿਹਨੂੰ ਨਸ਼ੇ ਦੀ ਪ੍ਰੋਬਲਮ ਆ, ਉਹਨੂੰ ਇੱਕ ਦੁਖੀ ਇਨਸਾਨ ਮੰਨੋ, ਉਹਨੂੰ ਇੱਕ ਬੁਰਾ ਇਨਸਾਨ ਨਾ ਮੰਨੋ। ਐਂਡ ਜਿੰਨਾ ਨੋਰਮਲੀ ਲੋਕ ਰਿਸ਼ਤਿਆਂ ਤੋਂ ਡਰਦੇ ਆ, ਇਹ ਲੋਕ ਆਪਦਾ ਦੁੱਖ ਦਰਦ ਨਹੀਂ ਸਾਂਝਾ ਕਰਨਾ ਮੰਗਦੇ। ਸੋ ਸਾਡਾ ਜਿਹੜਾ ਰਿਕਵਰੀ ਪਾਰਟ ਇਹ ਹੈ ਕਿ ਅਸੀਂ ਇਹਨਾਂ ਨੂੰ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਕਰਨਾ ਸਿਖਾ ਸਕੀਏ। ਐਂਡ ਰਿਸ਼ਤਿਆਂ ਦੇ ਵਿੱਚ ਅਸੀਂ ਵਿਸ਼ਵਾਸ ਇਹਨਾਂ ਨੂੰ ਕਿਵੇਂ ਕਰਨਾ ਸਿਖਾਵਾਂਗੇ, ਜਦੋਂ ਅਸੀਂ ਬਿਨਾਂ ਜੱਜਮੈਂਟ
ਬਿਨਾਂ ਜੱਜਮੈਂਟ ਤੋਂ ਇਹਨਾਂ ਨੂੰ ਇਹਨਾਂ ਦੇ ਨਾਲ ਗੱਲ ਕਰਾਂਗੀ, ਬਿਨਾਂ ਇਹਨਾਂ ਨੂੰ ਕ੍ਰਿਟਿਸਾਈਜ਼ ਇਹਨਾਂ ਨਾਲ ਗੱਲ ਕਰਾਂਗੀ, ਬਿਨਾਂ ਇਹਨਾਂ ਨੂੰ ਸ਼ੇਮ ਕੀਤਿਆ। ਐਂਡ ਇਹ ਕਹਿਣਾ ਬਹੁਤ ਸੌਖਾ ਪਰ ਕਰਨਾ ਬਹੁਤ ਔਖਾ ਵਾ, ਜਦੋਂ ਤੁਸੀਂ ਸਪੈਸ਼ਲੀ ਇਮੋਸ਼ਨਲ ਅਟੈਚਮੈਂਟ ਜਾਂ ਉਸ ਰਿਸ਼ਤਿਆਂ ਦੇ ਵਿੱਚ ਇਨਵੋਲਵ ਹੋ, ਚਾਹੇ ਤੁਸੀਂ ਉਹਨਾਂ ਦੇ ਮਾਂ ਬਾਪ ਹੋ, ਚਾਹੇ ਉਹਨਾਂ ਦੇ ਭੈਣ ਭਰਾ ਹੋ, ਚਾਹੇ ਉਹਨਾਂ ਦੇ ਪਾਰਟਨਰ ਹੋ, ਚਾਹੇ ਤੁਸੀਂ ਉਹਨਾਂ ਦੇ ਬੱਚੇ ਹੋ, ਇਟਸ ਵੈਰੀ ਹਾਰਡ ਕਿ ਜੱਜਮੈਂਟ ਤੋਂ ਪਾਸੇ ਜਾ ਕੇ ਸਿਰਫ ਉਹਨਾਂ ਨੂੰ ਇੱਕ ਦੁਖੀ ਇਨਸਾਨ ਦੇਖਣਾ ਐਂਡ ਉਸ ਲੈਵਲ 'ਤੇ ਆਪਦਾ ਰਿਸ਼ਤਾ ਜੋੜਨਾ। ਜੇ ਇੱਕ ਦੁਖੀ ਇਨਸਾਨ ਦਾ ਤਾਂ ਅਸੀਂ ਦੁੱਖ ਸੁਣਦੇ ਹਾਂ, ਇੱਕ ਦੁਖੀ ਇਨਸਾਨ 'ਤੇ ਅਸੀਂ ਤਾਨੇ ਮਿਹਨੇ ਨਹੀਂ ਮਾਰਦੇ ਕਿ ਇੱਕ ਦੁਖੀ ਇਨਸਾਨ ਨੂੰ ਅਸੀਂ ਹੋਰ ਸ਼ੇਮ ਨਹੀਂ ਕਰਦੇ ਕਿ ਅਸੀਂ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਜਿਹੜੀ ਮੈਂ ਤੁਹਾਨੂੰ ਐਕਟੀਵਿਟੀ ਦਊਂਗੀ, ਜੇ ਤੁਹਾਡੇ ਕੁਐਸਚਨਸ ਹੈਗੇ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਐਂਡ ਅਸੀਂ ਉਹਨਾਂ ਕੁਐਸਚਨਸ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ, ਤੁਹਾਨੂੰ ਲੱਗਦਾ ਹੈਗਾ ਕਿ ਮਦਦ ਕਰ ਸਕਦੇ ਹੋ, ਪਲੀਜ਼ ਵੱਧ ਤੋਂ ਵੱਧ ਆਪਾਂ ਇਹਨਾਂ ਦੀ ਇਹਨਾਂ ਨੂੰ ਸ਼ੇਅਰ ਕਰੀਏ। ਬਿਕੋਜ਼ ਯੂ ਨੋ ਮੋਸਟ ਆਫ ਦਾ ਟਾਈਮ ਬਹੁਤ ਲੋਕ ਅਡਿਕਸ਼ਨ ਦੇ ਵਿੱਚ ਮਦਦ ਨਹੀਂ ਲੈਂਦੇ, ਬਿਕੋਜ਼ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਕੀ ਜਾ ਕੇ ਕਹਾਂਗੇ ਕਿ ਸਾਨੂੰ ਸਾਨੂੰ ਅਡਿਕਸ਼ਨ ਆ, ਸਾਨੂੰ ਨਸ਼ਾ ਕਰਦੇ ਹਾਂ ਅਸੀਂ। ਐਂਡ ਇਹ ਬੜੀ ਸ਼ਰਮਸਾਰ ਚੀਜ਼ ਮੰਨੀ ਜਾਂਦੀ ਸਾਡੇ ਕਲਚਰ ਦੇ ਵਿੱਚ, ਇਹਨੂੰ ਅਸੀਂ ਇਹ ਤਾਂ ਮੰਨਦੇ ਨਹੀਂ ਵੀ ਕਿਸੇ ਦੀ ਲੱਤ ਟੁੱਟੀ ਵੀ ਜਾਂ ਕਿਸੇ ਦੀ ਬਾਂਹ ਟੁੱਟੀ ਵੀ ਆ, ਅਸੀਂ ਤਾਂ ਇਹਨੂੰ ਮੰਨਦੇ ਵੀ ਇਹਦੀ ਗਲਤੀਆਂ ਵਾਂ, ਅਸੀਂ ਇਹ ਤਾਂ ਬੁਰਾ ਇਨਸਾਨ ਮੰਨਦੇ ਹਾਂ। ਸੋ ਜੇ ਐਂਡ ਇਸ ਕੋਰਸ ਨੂੰ ਆਫਰ ਔਨਲਾਈਨ ਕਰਨ ਦਾ ਮੇਰਾ ਮਕਸਦ ਇਹ ਸੀਗਾ ਕਿ ਜਿਹੜੇ ਲੋਕ ਆਫਿਸ ਤੱਕ ਨਹੀਂ ਪਹੁੰਚ ਸਕਦੇ ਮੇਰੇ ਤੱਕ, ਜਿਹੜੇ ਲੋਕ ਕਾਉਂਸਲਿੰਗ ਦੇ ਹੋਰ ਆਫਿਸਾਂ ਤੱਕ ਨਹੀਂ ਪਹੁੰਚ ਸਕਦੇ, ਜਿਹੜੇ ਲੋਕ ਕਿਸੇ ਹੋਰ ਤੋਂ ਮਦਦ ਨਹੀਂ ਮੰਗ ਸਕਦੇ ਐਂਡ ਜਿਹੜੇ ਕਿ ਇਹਨਾਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਸੇ ਹੋਰ ਤੋਂ ਮਦਦ ਮੰਗਣ ਲਈ, ਜਿਹੜੇ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ। ਸੋ ਇਹ ਜਿਹੜੀਆਂ ਕੋਰਸ ਅਸੀਂ ਕਰਾਂਗੇ ਔਨਲਾਈਨ, ਜਿਹੜੀਆਂ ਵੀਡੀਓਜ਼ ਆ, ਉਹਦੇ ਘਰ ਬੈਠ ਕੇ ਆਪਦੇ ਕਮਰਿਆਂ ਦੇ ਵਿੱਚ ਬੈਠ ਕੇ ਬਿਨਾਂ ਕਿਸੇ ਯੂ ਨੋ ਜੱਜਮੈਂਟ ਤੋਂ ਕਿ ਕੋਈ ਮੇਰੇ ਬਾਰੇ ਕੀ ਸੋਚੂਗਾ, ਉਹ ਸੁਣ ਸਕਦੇ ਨੇ। ਫਿਰ ਵੀ ਮੈਂ ਸਮਝਦੀ ਹਾਂ ਕਿ ਕਈ ਲੋਕਾਂ ਦੇ ਜਿਹੜੇ ਕੁਐਸਚਨਸ ਨੇ ਉਹ ਤੁਸੀਂ ਪਬਲਿਕ ਦੇ ਵਿੱਚ ਨਹੀਂ ਪਾ ਸਕਦੇ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕੋਈ ਵੀ ਜਿਹੜਾ ਕੁਐਸਚਨ ਤੁਹਾਨੂੰ ਅਡਿਕਸ਼ਨ ਬਾਰੇ ਹੋਵੇ, ਅਤੇ ਮੈਂ ਇਹਨਾਂ ਆਂਸਰ ਦੇਣ ਦੀ ਕੋਸ਼ਿਸ਼ ਕਰੂੰ। ਅਗੇਨ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਕਾਉਂਸਲਰ ਦੀ ਹੈਲਪ ਜ਼ਰੂਰ ਲਵੋ, ਬਿਕੋਜ਼ ਇੱਕ ਕਾਉਂਸਲਿੰਗ ਥੈਰੇਪੀ ਬਹੁਤ ਜ਼ਰੂਰੀ ਆ ਤੁਹਾਡੇ ਉਸ ਬਚਪਨ ਦਾ ਜਿਹੜਾ ਚੀਜ਼ਾਂ ਤੁਹਾਡੇ ਨਾਲ ਉਹਨੂੰ ਪ੍ਰੋਸੈਸ ਕਰਨ ਵਾਸਤੇ। ਸੋ ਆਈ ਹਾਈਲੀ ਰੈਕਮੈਂਡ ਇੱਕ ਕਾਉਂਸਲਰ ਤੁਸੀਂ ਜ਼ਰੂਰ ਹਾਇਰ ਕਰੋ ਆਪਣੇ ਵਾਸਤੇ ਜਿਸ ਬਿਮਾਰੀ ਨਾਲ ਤੁਸੀਂ ਜੂਝ ਰਹੇ ਹੋ। ਐਕਟੀਵਿਟੀ ਤੁਸੀਂ ਕਰਨੀ ਐਂਡ ਇਹ ਦੁਬਾਰਾ ਵੀ ਤੁਸੀਂ ਕਈ ਵਾਰ ਆਪਾਂ ਜਦੋਂ ਇੱਕ ਵਾਰੀ ਵੀਡੀਓ ਵੇਖਦੇ ਹਾਂ ਤਾਂ ਸਾਰੀ ਚੀਜ਼ ਤੁਹਾਨੂੰ ਸਮਝ ਨਹੀਂ ਆਉਂਦੀ, ਦੁਬਾਰਾ ਵੀ ਵੇਖਿਓ ਐਂਡ ਉਹ ਚੀਜ਼ਾਂ ਤੁਸੀਂ ਜ਼ਿਆਦਾ ਪਿੱਕ ਕਰੋਗੇ। ਸੋ ਐਕਟੀਵਿਟੀ ਇੱਕ ਤਾਂ ਕੁਐਸਚਨ ਇਸ ਦਾ ਆਨਸਰ ਦਵੋ ਕਿ ਤੁਸੀਂ ਆਪਣੇ 'ਚ ਕੀ ਬਦਲਣਾ ਚਾਹੁੰਦੇ ਹੋ। ਮੇ ਬੀ ਇਹ ਟੀ ਵੀ ਵਾਲੀ ਅਡਿਕਸ਼ਨ ਆ ਤੁਹਾਨੂੰ, ਮੇ ਬੀ ਸ਼ੋਪਿੰਗ ਦੀ ਅਡਿਕਸ਼ਨ ਆ, ਮੇ ਬੀ ਤੁਹਾਨੂੰ ਖਾਣ ਦੀ ਅਡਿਕਸ਼ਨ ਆ, ਮੇ ਬੀ ਤੁਹਾਨੂੰ ਨਸ਼ੇ ਦੀ ਅਡਿਕਸ਼ਨ ਆ, ਮੇ ਬੀ ਤੁਹਾਨੂੰ ਸਮੋਕਿੰਗ ਦੀ ਅਡਿਕਸ਼ਨ ਆ, ਮੇ ਬੀ ਤੁਹਾਨੂੰ ਅਲਕੋਹਲ ਦੀ ਅਡਿਕਸ਼ਨ ਆ, ਕੋਈ ਵੀ ਅਡਿਕਸ਼ਨ ਆ, ਪਹਿਲਾਂ ਉਸ ਪੇਪਰ 'ਤੇ ਲਿਖੋ ਵੀ ਤੁਸੀਂ ਕੀ ਬਦਲਣਾ ਚਾਹੁੰਦੇ ਹੋ। ਐਂਡ ਦੂਸਰੇ ਕੁਐਸਚਨ ਦਾ ਆਨਸਰ ਕਿ ਕਿਉਂ ਬਦਲਣਾ ਚਾਹੁੰਦੇ ਹੋ, ਬਦਲਾਵ ਕਿਉਂ ਚਾਹੁੰਦੇ ਹੋ, ਤੁਸੀਂ ਆਪਦੀ ਜ਼ਿੰਦਗੀ ਵਿੱਚ ਕਿਉਂ ਚਾਹੁੰਦੇ ਹੋ ਕਿ ਇਹ ਚੀਜ਼ ਤੁਹਾਡੇ ਅੰਦਰ ਤੁਹਾਡੇ ਤੋਂ ਚਲੀ ਜਾਵੇ। ਐਂਡ ਇਸ ਦੀ ਵੱਧ ਤੋਂ ਵੱਧ ਇਗਜ਼ਾਮਪਲ ਲਿਖੋ, 20 ਭਾਵਾਂ ਇਗਜ਼ਾਮਪਲਾਂ ਲਿਖੋ, ਭਾਵਾਂ 25 ਲਿਖੋ, ਐਂਡ ਵੱਧ ਤੋਂ ਵੱਧ, ਕਿਉਂਕਿ ਜਿੰਨਾ ਐਂਡ ਇਹ ਲਿਖਣਾ ਜ਼ਰੂਰੀ ਆ, ਕਿਉਂਕਿ ਜਿੰਨਾ ਜਿੰਨੇ ਤੁਹਾਡੇ ਸਰੀਰ ਦੇ ਜਿਹੜੇ ਹਿੱਸੇ ਇਨਵੋਲਵ ਹੋਣਗੇ ਨਾ ਬਦਲ ਦੇ ਵਿੱਚ ਜਾਂ ਐਕਟੀਵਿਟੀ ਦੇ ਵਿੱਚ, ਉਹਨਾਂ ਤੁਹਾਡਾ ਦਿਮਾਗ ਕਨਵਿੰਸ ਜ਼ਿਆਦਾ ਹੋਊਗਾ। ਸੋ ਜਦੋਂ ਇਹ ਐਕਟੀਵਿਟੀਜ਼ ਦੇ ਵਿੱਚ 5, 15, 20 ਕਿੰਨੇ ਵੀ ਰੀਜ਼ਨ ਤੁਸੀਂ ਲਿਖੋ ਕਿਉਂ ਤੁਸੀਂ ਬਦਲਣਾ ਚਾਹੁੰਦੇ ਹੋ ਆਪਦੇ ਵਿੱਚ। ਐਂਡ ਅਗਲੇ ਹਫ਼ਤੇ ਅਸੀਂ ਇੱਕ ਹੋਰ ਯੂ ਨੋ ਅਡਿਕਸ਼ਨ ਕੋਰਸ ਕਲਾਸ 2 ਲੈ ਕੇ ਆਵਾਂਗੇ, ਜਿਹੜਾ ਇੱਕ ਡਿਫਰੈਂਟ ਟੋਪਿਕ ਹੋਊਗਾ। ਪਰ ਪਲੀਜ਼ ਜੇ ਆਪਾਂ ਸਾਰੇ ਰਲ ਕੇ ਇਸ ਬਿਮਾਰੀ ਨੂੰ ਇੱਕ ਬੁਰੀ ਨਜ਼ਰ ਨਾਲ ਨਹੀਂ ਪਰ ਇੱਕ ਹਮਦਰਦੀ ਨਾਲ ਦੇਖ ਸਕੀਏ, ਐਂਡ ਇਹ ਸਾਡੀ ਜਿੱਤ ਹੋਊਗੀ, ਤਾਂ ਜੋ ਅਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਦੀ ਵੀ ਮਦਦ ਕਰ ਸਕਦੇ, ਵੱਧ ਤੋਂ ਵੱਧ ਉਹਨਾਂ ਲੋਕਾਂ ਦੀ ਮਦਦ ਕਰ ਸਕਾਂਗੇ ਜਿਹੜੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਆ। ਸੋ ਮੈਂ ਉਮੀਦ ਕਰਦੀ ਹਾਂ ਕਿ ਅੱਜ ਵਾਲਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਨੇ ਤੁਹਾਡੀ ਮਦਦ ਕੀਤੀ ਆ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੇ। ਸੋ ਵੰਸ ਅਗੇਨ ਥੈਂਕ ਯੂ ਐਵਰੀਵਨ। ਐਂਡ ਜੇ ਤੁਹਾਡਾ ਕੋਈ ਵੀ ਕੁਐਸਚਨਸ ਹੋਵੇ ਤਾਂ ਤੁਸੀਂ ਸਾਨੂੰ ਉਹਦੇ ਵਿੱਚ ਪਾ ਸਕਦੇ ਹੋ, ਤੁਸੀਂ ਮੈਸੇਜਸ ਦੇ ਵਿੱਚ ਸਾਨੂੰ ਮੈਸੇਜ ਭੇਜ ਸਕਦੇ ਹੋ, ਐਂਡ ਅਸੀਂ ਉਹਨਾਂ ਅਸੀਂ ਵੀਡੀਓਜ਼ ਦੇ ਰਾਹੀਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਡੋਂਟ ਵਰੀ, ਤੁਹਾਡਾ ਨਾਮ ਨਹੀਂ ਲਿਆ ਜਾਊਗਾ, ਅਨਨੋਨ ਰਹੂਗਾ, ਬਿਕੋਜ਼ ਮੈਨੂੰ ਪਤਾ ਕਿ ਕਾਫੀ ਵਨਰੇਬਲ ਐਂਡ ਬੜੀ ਥੈਂਕ ਯੂ ਵਨਰੇਬਲ ਆ, ਮੈਨੂੰ ਪਤਾ ਕਿ ਬੜੀਆਂ ਔਖੀਆਂ ਕੁਐਸਚਨਸ ਪੁੱਛਣਾ ਜਾਂ ਆਪਾਂ ਚਾਹੁੰਦੇ ਨਹੀਂ ਆਪਣੀ ਆਈਡੈਂਟੀ ਰਿਵੀਲ ਹੋਵੇ। ਸੋ ਇਟਸ ਓਕੇ, ਨੋ ਪ੍ਰੋਬਲਮ। ਜੀ ਹਾਂ, ਸੋ ਵੰਸ ਅਗੇਨ ਥੈਂਕ ਯੂ ਸੋ ਮੱਚ। ਹਮਦਰਦੀ 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 ਉਹਨਾਂ ਲੋਕਾਂ ਨਾਲ ਜੋ ਇਸ ਬਿਮਾਰੀ 'ਚੋਂ ਜੂਝ ਰਹੇ ਨੇ। ਸੋ ਥੈਂਕ ਯੂ।